ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਅਤੇ ਗੁੱਡ ਆਫਟਰਨੂਨ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਨਿਕ ਬਾਟ, ਫਿਲਾਡੈਲਫੀਆ, ਪੈਨਸਲਵੇਨੀਆ ਦੇ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਕਾਰੋਬਾਰ ਪੰਜਾਬੀਆਂ ਦੇ। ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕੰਟੈਕਟ ਕਰ ਸਕਦੇ ਹੋ nick@justbroadcasting.com ਦੇ ਉੱਪਰ, ਜਾਂ ਫਿਰ info@justbroadcasting.com ਦੇ ਉੱਪਰ। ਅਤੇ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਈ ਵੀ ਕੁਐਸਚਨ ਹੈਗੇ ਨੇ, ਤੁਸੀਂ ਸਾਡੇ ਥੱਲੇ ਲਿਖੇ ਨੰਬਰ ਦੇ ਉੱਪਰ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਕਾਰੋਬਾਰ ਪੰਜਾਬੀਆਂ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਹਰ ਹਫ਼ਤੇ ਮਹਿਮਾਨ ਆਉਂਦੇ ਨੇ ਸਾਡੇ ਨਾਲ, ਇੱਥੋਂ ਦੇ ਕਾਰੋਬਾਰੀ ਆਉਂਦੇ ਨੇ, ਬਿਜ਼ਨਸ ਦੇ ਵਿੱਚ ਜੁੜੇ ਨੇ ਜਾਂ ਕਿਸੇ ਵੀ ਕਿੱਤੇ ਨਾਲ ਜੁੜੇ ਨੇ, ਮੈਡੀਕਲ ਫੀਲਡ ਦੇ ਨਾਲ ਜੁੜੇ ਨੇ ਜਾਂ ਅਕਾਊਂਟਿੰਗ ਦੇ ਨਾਲ ਜੁੜੇ ਨੇ। ਹਰ ਤਰੀਕੇ ਦੇ ਅਸੀਂ ਵੱਖਰੇ ਵੱਖਰੇ ਮਹਿਮਾਨ ਲੈ ਕੇ ਆਉਂਦੇ ਹਾਂ, ਪਰ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈਗੀ ਆ ਕਿ ਜਿਹੜੇ ਅੱਜ ਸਾਡੇ ਮਹਿਮਾਨ ਨੇ ਇਹ ਜਸ ਪਰਿਵਾਰ ਦਾ ਇੱਕ ਹਿੱਸਾ ਬਣ ਗਏ ਨੇ ਅੱਜ ਤੋਂ। ਤੁਸੀਂ ਇਹਨਾਂ ਨੂੰ ਹਮੇਸ਼ਾ ਦੇਖਦੇ ਰਹੋਗੇ। ਅਤੇ ਇਹ ਹੈਗੇ ਨੇ ਕੈਨੇਡਾ ਤੋਂ, ਕੈਨੇਡਾ ਬਰੈਂਪਟਨ ਤੋਂ, ਸਨਸ਼ਾਈਨ ਡੈਂਟਲ ਇਹਨਾਂ ਦਾ ਕਲੀਨਿਕ ਹੈਗਾ ਵਾ, ਅਤੇ ਮੈਂ ਸਵਾਗਤ ਕਰਨ ਜਾ ਰਿਹਾ ਵਾਂ। ਹਾਂਜੀ, ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ। ਓਕੇ, ਥੈਂਕ ਯੂ ਨਿਕਬਾਟ ਜੀ, ਥੈਂਕ ਯੂ। ਹਾਂਜੀ, ਡਾਕਟਰ ਗਜਿੰਦਰ ਅਲਾਵਤ ਸਾਡੇ ਨਾਲ ਨੇ, ਜਿਹੜੇ ਕਿ ਪ੍ਰਿੰਸੀਪਲ ਡੈਂਟਿਸਟ ਨੇ ਇਸ ਕਲੀਨਿਕ ਦੇ। ਤੋ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਡਾਕਟਰ ਸਾਹਿਬ। ਅਤੇ ਪਲੀਜ਼ ਸਾਡੇ ਦਰਸ਼ਕਾਂ ਨੂੰ ਆਪਾਂ ਦੱਸਣਾ ਚਾਹਾਂਗੇ, ਜਿਹੜੇ ਵੀ ਦੇਖ ਰਹੇ ਨੇ, ਕਿ ਸ਼ੁਰੂਆਤ ਜਿਹੜੀ ਹੁੰਦੀ ਆ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ ਜਾਂ ਕਿਤੋਂ ਵੀ ਆਉਂਦੇ ਹਾਂ, ਅਤੇ ਜਿਹੜਾ ਤੁਹਾਡਾ ਡਾਕਟਰੀ ਦਾ ਕਿੱਤਾ ਹੈਗਾ ਵਾ, ਇਸ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਚਾਹੀਦੀ ਹੈ ਹੈਗੀ ਆ। ਅਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਤੁਹਾਡੀ ਸ਼ੁਰੂਆਤ ਤੁਸੀਂ ਇੰਡੀਆ ਤੋਂ ਕਿਹੜੀ ਜਗ੍ਹਾ ਤੋਂ ਹੈਗੇ ਆ, ਉਸ ਤੋਂ ਅੱਗੇ ਗੱਲਬਾਤ ਤੋਰਦੇ ਹਾਂ। ਯਾ ਥੈਂਕ ਯੂ ਨਿਕ ਬਾਟ ਜੀ, ਐਂਡ ਥੈਂਕ ਯੂ ਜਸ ਪੰਜਾਬੀ ਟੀਮ ਫੋਰ ਵਿਜ਼ਿਟਿੰਗ ਅਵਰ ਡੈਂਟਲ ਆਫਿਸ। ਮੈਂ ਇੰਡੀਆ ਮੇਂ ਜੀਂਦ ਸੇ ਹੂੰ ਜੀ, ਹਰਿਆਣਾ ਮੇਂ ਜੀਂਦ ਡਿਸਟ੍ਰਿਕਟ ਹੈ, ਤੋ ਆਈ ਵਾਸ ਬੋਰਨ ਇਨ ਜੀਂਦ ਡਿਸਟ੍ਰਿਕਟ ਜੀ। ਉਸਕੇ ਬਾਅਦ ਮੇਂ ਜੋ ਆਪਕੀ ਐਜੂਕੇਸ਼ਨ ਸ਼ੁਰੂਆਤ ਹੋਤੀ ਹੈ, ਕੋਈ ਵੀ ਹਮਾਰੇ ਵੀ ਬੱਚੇ ਹਾਂ ਤੋ ਇੱਕ ਡ੍ਰੀਮ ਹੋਤਾ ਹੈ ਕਿ ਆਪਣੇ ਡਾਕਟਰ ਬਣਨਾ ਹੈ ਜਾਂ ਕੁਛ ਵੀ ਹੈ, ਵੋ ਆਪਕੀ ਜੋ ਐਜੂਕੇਸ਼ਨ, ਕਿਉਂਕਿ ਇੱਕ ਮੈਸੇਜ ਵੀ ਦੇਤੇ ਹੈ ਹਮ ਜੋ ਵੀ ਪ੍ਰੋਗਰਾਮ ਹੋਤਾ ਹੈ ਉਸਕੇ ਥਰੂ, ਕਿ ਇੱਕ ਇੰਸਪਿਰੇਸ਼ਨ ਵੀ ਦੇਤੇ ਹੈ ਹਮ ਆਪਣੀ ਨਈ ਜਨਰੇਸ਼ਨ ਕੋ, ਤੋ ਵੋ ਆਪਕੀ ਸ਼ੁਰੂਆਤ ਕਹਾਂ ਸੇ ਹੋਤੀ ਹੈ ਐਜੂਕੇਸ਼ਨ ਕੀ? ਮੇਰੀ ਸਕੂਲਿੰਗ ਮੈਂ ਦਿੱਲੀ ਪਬਲਿਕ ਸਕੂਲ ਆਰ ਕੇ ਪੁਰਮ ਸੇ ਹੋਈ, ਬਾਅਦ ਮੇਂ ਮੈਨੇ ਅੰਡਰ ਗ੍ਰੈਜੂਏਸ਼ਨ ਯੂਨੀਵਰਸਿਟੀ ਆਫ ਦਿੱਲੀ ਸੇ ਕੀ, ਔਰ ਉਸਕੇ ਬਾਅਦ ਜੋ ਬੀ ਡੀ ਐਸ ਡੈਂਟਲ ਡਿਗਰੀ ਮੈਨੇ ਯੂਨੀਵਰਸਿਟੀ ਆਫ ਮੈਸੂਰ ਸੇ ਕੀ, ਔਰ ਉਸਕੇ ਬਾਅਦ ਇੱਕ ਰੈਜ਼ੀਡੈਂਸੀ ਪ੍ਰੋਗਰਾਮ ਵੋ ਮੈਨੇ ਆਲ ਇੰਡੀਆ ਸਟੇਟ ਆਫ ਮੈਡੀਕਲ ਸਾਇੰਸਿਸ ਸੇ ਕੀਆ ਜੀ। ਔਰ ਫਿਰ ਉਸਕੇ ਬਾਅਦ ਆਪਨੇ ਵਹਾਂ ਪਰ ਵੀ ਰੈਜ਼ੀਡੈਂਸੀ ਕੀ, ਆਪਨੇ ਵਹਾਂ ਵੀ ਪ੍ਰੈਕਟਿਸ ਕੀ ਉਸਕੇ ਬਾਅਦ ਮੇਂ ਐਜੂਕੇਸ਼ਨ ਕੇ ਬਾਅਦ? ਹਾਂ, ਰੈਜ਼ੀਡੈਂਸੀ ਪ੍ਰੋਗਰਾਮ ਜਬ ਮੈਨੇ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਮੈਂ ਡਿਪਾਰਟਮੈਂਟ ਆਫ ਡੈਂਟਲ ਸਰਜਰੀ ਸੇ ਕੀ, ਤੋ ਉਸਕੇ ਬਾਅਦ ਮੈਨੇ ਪੋਸਟ ਗ੍ਰੈਜੂਏਸ਼ਨ ਕੇ ਲੀਏ ਅਮੈਰੀਕਾ ਅਪਲਾਈ ਕੀਆ, ਤੋ ਮੇਰਾ ਵਹਾਂ ਨਿਊਯਾਰਕ ਯੂਨੀਵਰਸਿਟੀ ਕਾਲਜ ਆਫ ਡੈਂਟਿਸਟਰੀ ਮੇਂ ਪ੍ਰੋਸਟੋਡੋਂਟਿਕਸ ਮੇਂ ਐਡਮਿਸ਼ਨ ਹੁਆ, ਤੋ ਫਿਰ ਮੈਨੇ ਪੋਸਟ ਗ੍ਰੈਜੂਏਸ਼ਨ ਨਿਊਯਾਰਕ ਯੂਨੀਵਰਸਿਟੀ ਕਾਲਜ ਆਫ ਡੈਂਟਿਸਟਰੀ ਸੇ ਕੀ ਜੀ। ਇਤਨਾ ਜੋ ਇਹ ਲੰਬਾ ਸਫ਼ਰ ਹੈ, ਉਸਕੇ ਬਾਅਦ ਮੇਂ ਆਪ ਸਟੈਬਲਿਸ਼ ਹੋ ਇਸ ਟਾਈਮ ਮੇਂ ਕੈਨੇਡਾ ਮੇਂ, ਤੋ ਵੋ ਬਰੈਂਪਟਨ ਮੇਂ, ਔਰ ਉਸਕੇ ਪਿੱਛੇ ਬਹੁਤ ਮਿਹਨਤ ਹੋਤੀ ਹੈ, ਇੱਕ ਕਸ਼ਿਸ਼ ਹੋਤੀ ਹੈ ਕਿ ਆਈ ਵਾਂਟ ਟੂ ਰੀਚ ਦੇਅਰ, ਹੈ ਨਾ? ਤੋ ਵੋ ਕੈਨੇਡਾ ਕਾ ਕੈਸੇ ਹੁਆ, ਕਿ ਅਮੈਰੀਕਾ ਮੇਂ ਵੀ ਆਪਸ਼ਨ ਹੋਗੀ ਬਹੁਤ, ਪਰ ਆਪ ਕੈਨੇਡਾ ਮੇਂ ਕੈਸੇ ਸੈਟਲ? अब जब मैंने पोस्ट ग्रेजुएशन करी न्यूयॉर्क यूनिवर्सिटी से, तो उसके बाद आपको यहाँ एडवांस्ड डीडीएस प्रोग्राम करना पड़ता है यूएस में, अपनी डिग्री अपग्रेड करनी पड़ती है, तो वो मैंने डीडीएस प्रोग्राम न्यूयॉर्क यूनिवर्सिटी से किया। उसके बाद जीपीआर जनरल प्रैक्टिस रेजिडेंसी प्रोग्राम वही न्यूयॉर्क हॉस्पिटल क्वींस, एक बिजी हॉस्पिटल है, बिजी मैक्सिलोफेशियल ट्रोमा सेंटर है न्यूयॉर्क सिटी में, वहाँ से मैंने जीपीआर प्रोग्राम किया है। उसके बाद कनाडा, जब अमेरिका का लाइसेंस मिला तो फिर मैंने कनाडा का भी लाइसेंस लिया, तो कनाडा का मेरे पास परमानेंट रेजिडेंसी थी, वहाँ मैं वर्क परमिट में था यूएस में,
तो फिर मैंने यूएस में कई स्टेट्स में काम किया, जॉर्जिया, ओहायो, न्यूयॉर्क, और फिर उसके बाद यहाँ मैंने अपना फर्स्ट क्लिनिक 2012 में सेंट थॉमस लंदन के पास एक जगह है ऑन्टेरियो में, वो बाय किया। जी, आपके कितने क्लिनिक हैं अभी ऑल टुगेदर? ये हमारा सेकंड क्लिनिक है, सनशाइन डेंटल क्लिनिक, और हमारा फर्स्ट सेंट थॉमस में था, फर्स्ट पायनियर क्लिनिक, और एक हमारी थर्ड लोकेशन एयरपोर्ट रोड पे है, डेल्टा डेंटल। जी, जी तो डॉक्टर साहब, ये एक 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 और मैं क्वेश्चन आपसे करना चाहूँगा कि जैसे हमारे इंडिया में या और कहीं भी हैं या यहाँ भी हैं बच्चे हैं जो, और उनको आप एक लाइन ऑफ प्रैक्टिस या मेहनत का वो कुछ, आपने बहुत मेहनत की होगी इसके दरमियान, वो मेहनत के बारे में ज़रूर बात हमें बताएं कि जब हम इधर आते हैं किसी भी कंट्री में और पढ़ना स्टडी करनी एज ए मेडिकल फील्ड में बहुत हार्ड होती है, उसके अंदर क्या कोई आपको स्ट्रगल टाइम की दो चार बातें जरूर बताएं। हाँ जी, बस हार्ड वर्क इज द मेन की। वो एक कहावत है कि हार्डर यू बिकम वर्क की लकियर यू बिकम, तो देर इज नो सब्स्टिट्यूट फॉर हार्ड वर्क। तो अगर आपको अपनी डिग्री एडवांस करनी है या अपने प्रोफेशन में आपको आगे बढ़ना है, तो यू हैव टू वर्क हार्ड इन योर लाइफ। जी तो मैं आपको इंट्रोड्यूस करता हूँ हमारे एसोसिएट डेंटिस्ट डॉक्टर शिल्पा दीवान से, तो वो अपनी इंट्रोडक्शन आपको जी दे। प्लीज कम डॉक्टर शिल्पा दीवान। हाँ जी, सत श्री अकाल हाँ जी, सत श्री अकाल, वेलकम, बहुत बहुत ताड़ा साढ़े प्रोग्राम कारोबार पंजाबियां दे विच फिलाडेल्फिया जी। थैंक पेंसिल्वेनिया तो। मेरा नाम डॉक्टर शिल्पा दीवान है। मैं एसोसिएट डेंटिस्ट काम करती हूँ। आई गो टू दो डिफरेंट प्रैक्टिसेस पे मैं एसोसिएट डेंटिस्ट काम करती हूँ। एक मेरी ये प्रैक्टिस हैगी है सनशाइन डेंटल, जेडी ब्रैम्पटन च एक होर हैगी है एयरपोर्ट रोड पे। जी, शिल्पा जी, आपां जानना चाहांगे तुहाडे बारे भी कि तुसीं इत्थों दे बॉर्न रेस जे या तुसीं वी डॉक्टर साहब वांगू स्ट्रगल करके इत्थे पहुंचे। नहीं जी, मैं बॉर्न एंड रेज्ड इंडिया दी हैगी हाँ, चंडीगढ़ दी, एंड उस तो बाद मैं अमृतसर पढ़ी हाँ। BDS मेरी अमृतसर तो है, एंड मैं अपने पेरेंट्स नाल इमिग्रेट हुई सी कनाडा। फिर मैं अपना जोड़ा US है उत्थे जाके मैं पढ़ाई की है, बॉस्टन यूनिवर्सिटी तो। जी, शिल्पा जी, अपने अपने क्लीनिक दे विच, तुहाडे क्लीनिक दे विच जिदा अज कल आपां देखदे हां कि मॉडर्न डेंटिस्ट्री हैगी है ना, ते ओह की स्पेशलिटीज ने तुहाडे कोल? जिहड़ी मॉडर्न डेंटिस्ट्री है ओहदे विच अपनी सारी तरह जिवें इम्प्लांट्स हैगे आ, क्राउन्स ने, ब्रिजेस ने, हर तरह दी स्पेशलिटी इत्थे हैगी है साडे कोल। ब्रेसिस हुंदे आ जिवें, एंड बच्चियां दा सारा काम, सारा कुछ ही आपां इत्थे करदे आ, अच्छा, सारे तुसी, डॉक्टर हाँ जी स्पेशल। हां जी, जी ता ओके, तुसी पीडियाट्रिक डेंटिस्ट्री भी तुसी प्रोवाइड करते हैं, है ना? बिल्कुल जी। असीं जिन्ने असीं अडल्ट देखी दे हैं उन्ने असीं बच्चे भी देखी दे हैं। पीडियाट्रिक डेंटिस्ट्री भी साडा फोकस हैगा। कोई रेयर केसेस हुंदे हैं जदों सानू लगता है बच्चा बहुत छोटा है, ट्रीटमेंट बहुत एडवांस्ड है, फिर असीं रेफर आउट करते हैं जिहड़े पीडियाट्रिक स्पेशल जिहड़े स्पेशलिस्ट डेंटिस्ट हुंदे हैं उन्हां तों। जी, जिथे ताडा इस टाइम क्लीनिक हैगा वा जिथों आपां गल करदे पए आ तुसीं साडे नाल, हाँ उस जी, दे विच क्लाइंटेज किदां दी आ, या लोकल कम्युनिटी नूं तुसीं की दसणा चाहुंदे आ कि तुहाडे कोल तुसीं की ऑफर करदे आ? साडी मोस्ट ऑफ द क्लाइंटेल जिहड़े आपां पेशेंट बेस कहने आ, मोस्ट ऑफ द पेशेंट बेस साडा 80% मैं कहांगी अपने पंजाबी ने, ते इंडियन एंड पाकिस्तानी टोटल आपां कहांगे। एंड मैं ये चीज देखी है कि जिहड़ी अपनी इंडियन पॉपुलेशन हैगी है, पाकिस्तानी पॉपुलेशन हैगी है, अपने विच ना थोड़ा डेंटल दा
ਜਿਹੜਾ ਧਿਆਨ ਅਵੇਅਰਨੈਸ ਜਿਹੜੀ ਹੁੰਦੀ ਹੈ ਸ਼ੁਰੂ ਤੋਂ ਸ਼ਾਇਦ ਕਹਿ ਲਓ ਕਲਚਰਲੀ ਹੈਗਾ ਕਿ ਥੋੜਾ ਘੱਟ ਰਹਿੰਦਾ ਸਾਡਾ ਧਿਆਨ। ਸੋ ਆਪਾਂ ਸਾਡਾ ਫੋਕਸ ਹੁੰਦਾ ਕਿ ਆਪਾਂ ਸਟਾਰਟ ਤੋਂ ਹੀ ਐਜੂਕੇਟ ਕਰੀਏ ਪੇਸ਼ੈਂਟ ਨੂੰ। ਜਿਵੇਂ ਪਹਿਲੀ ਵਾਰੀ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ, ਸਭ ਤੋਂ ਪਹਿਲਾਂ ਜਿਹੜੇ ਇੰਡੀਆ ਤੋਂ ਬੋਰਨ ਐਂਡ ਬ੍ਰੋਟ ਅਪ ਹੋਏ ਆ, ਮੇ ਬੀ 40 ਸਾਲ 50 ਸਾਲ ਇਹਨਾਂ ਨੇ ਕਦੀ ਡੈਂਟਲ ਦਾ ਕੋਈ ਟ੍ਰੀਟਮੈਂਟ ਨਹੀਂ ਕਰਾਇਆ, ਇੱਥੇ ਆ ਕੇ ਉਹਨਾਂ ਦਾ ਇੱਕ ਮਾਇੰਡ ਸੈਟ ਚੇਂਜ ਕਰਨਾ ਸਭ ਤੋਂ ਪਹਿਲਾਂ, ਕਿ ਆਪਾਂ ਉਹਨਾਂ ਨੂੰ ਐਜੂਕੇਟ ਕਰਨਾ। ਅਤੇ ਐਵਰੀ 6 ਮੰਥਸ ਉਹਨਾਂ ਦੀ ਕਲੀਨਿੰਗ ਹੁੰਦੀ ਹੈ, ਫਿਰ ਐਵਰੀ 6 ਮੰਥਸ ਉਹਨਾਂ ਦਾ ਪਲਾਨ ਬਣਦਾ ਹੈ, ਟ੍ਰੀਟਮੈਂਟ ਪਲਾਨ ਚੈੱਕਅਪ ਹੁੰਦਾ ਹੈ। ਅਤੇ ਕੋਸ਼ਿਸ਼ ਕਰੀਦੀ ਹੈ ਕਿ ਉਹਨਾਂ ਨੂੰ ਇਸ ਡਿਪਾਰਟਮੈਂਟ ਜਿਹੜਾ ਸਾਡਾ ਡੈਂਟਲ ਦਾ ਹੈਗਾ ਇਹਦੇ ਵੱਲ ਵੀ ਅਵੇਅਰਨੈਸ ਆਵੇ। ਜੀ ਹਾਂਜੀ ਡਾਕਟਰ, ਆਪਾਂ ਦੇਖਦੇ ਹਾਂ ਕਿ ਜਿੱਥੇ ਜਿੱਦਾਂ ਤੁਸੀਂ ਗੱਲ ਕੀਤੀ ਆ, ਆਪਾਂ ਬੈਕ ਹੋਮ ਗੱਲ ਕਰੀਏ ਤਾਂ ਜਿਹੜੀ ਅਵੇਅਰਨੈਸ ਕਿ ਜਦੋਂ ਪ੍ਰੋਬਲਮ ਯੂ ਨੋ ਘਰ ਆਪਣੀ ਸੋਲਵ ਕਰਨੀ ਚਾਹੁੰਦੇ ਆ ਪਹਿਲਾਂ ਕਿ ਤੁਹਾਨੂੰ ਡਾਕਟਰ ਕੋਲ ਨਾ ਜਾਣਾ ਪਵੇ, ਤਾਂ ਉਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਅਕਸਰ, ਤਾਂ ਉਸ ਚੀਜ਼ਾਂ ਉਸ ਦੇ ਬਾਰੇ ਜ਼ਰੂਰ ਮੈਂ ਚਾਹਾਂਗਾ ਕਿ ਸਾਡੇ ਜਿਹੜੇ ਵੀ ਆਡੀਅੰਸ ਦਰਸ਼ਕ ਦੇਖ ਰਹੇ ਨੇ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਵਾ ਇਹ ਇਕੱਲਾ US 'ਚ ਕੈਨੇਡਾ 'ਚ ਨਹੀਂ ਪੂਰੇ ਵਰਲਡ ਵਾਈਡ ਚੱਲਦਾ ਹੈਗਾ ਵਾ, ਅਤੇ ਜਿੱਥੇ ਆਪਾਂ ਆਪਣੇ ਬਿਜ਼ਨਸ ਪ੍ਰਮੋਟ ਕਰਦੇ ਹਾਂ ਸਾਰਾ ਕੁਝ ਕਰਦੇ ਹਾਂ ਉੱਥੇ ਅਵੇਅਰਨੈਸ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈਗੀ ਆ। ਹਾਂਜੀ ਸੋ ਉਹ ਮੈਂ ਤੁਹਾਡਾ ਉਹ ਵੀ ਦੇਖ ਰਿਹਾ ਸੀਗਾ ਕਿ ਜਿਹੜੀ ਆਪਣੀ ਡੈਂਟਿਸਟਰੀ ਜਿਹੜੀ ਆ ਐਕਸਪੈਂਸਿਵ ਨਹੀਂ ਹੈਗੀ ਆ, ਜਿਹੜੀ ਆਪਾਂ ਘਾਲੋਂ ਕਰ ਜਾਂਦੇ ਹਾਂ ਦੈਟਸ ਮੇਕ ਇਟ ਐਕਸਪੈਂਸਿਵ, ਹੈ ਨਾ। ਬਿਲਕੁਲ ਜੀ, ਤਾਂ ਹੀ ਅਸੀਂ ਫੋਕਸ ਕਰਦੇ ਹਾਂ ਕਿ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਅਸੀਂ ਉਹਨਾਂ ਨੂੰ ਐਜੂਕੇਟ ਕਰਦੇ, ਕਿਉਂਕਿ ਇੱਕ ਕਲੀਨਿੰਗ ਕਰਾਉਣੀ ਅਤੇ ਚੈੱਕਅਪ ਕਰਾਉਣਾ ਇੰਨਾ ਐਕਸਪੈਂਸਿਵ ਨਹੀਂ ਹੈ, ਬਟ ਜਦੋਂ ਆਪਾਂ ਉਹਨੂੰ ਇਗਨੋਰ ਕਰਕੇ ਲੇਟੈਸਟ ਸਟੇਜਸ 'ਤੇ ਆਉਂਦੇ ਹਾਂ, ਜਦੋਂ ਸਾਡੇ ਕੋਲ ਸਾਨੂੰ ਪੇਨ ਹੁੰਦੀ ਹੈ, ਸਾਡਾ ਉਦੋਂ ਦੰਦ ਜਾਂ ਤਾਂ ਬਚ ਨਹੀਂ ਸਕਦਾ ਹੈ, ਜਾਂ ਉਹਨੂੰ ਰੂਟ ਕਨਾਲ ਕਰਾਉਣੀ ਜੋ ਕਿ ਬਹੁਤ ਐਕਸਪੈਂਸਿਵ ਹੈਗੀ ਹੈ, ਰੂਟ ਕਨਾਲ ਕਰਾਉਣਾ ਫਿਰ ਕਰਾਊਨ ਕਰਵਾਉਣਾ ਉਹਦੇ 'ਤੇ, ਜੇ ਕੱਢਣਾ ਪਏ ਫਿਰ ਇਮਪਲਾਂਟ ਕਰਵਾਉਣਾ ਉਹਨੂੰ, ਖਾਲੀ ਤਾਂ ਜਗ੍ਹਾ ਛੱਡਣੀ ਨਹੀਂ ਹੈ, ਅਤੇ ਉਹ ਚੀਜ਼ਾਂ ਬਹੁਤ ਐਕਸਪੈਂਸਿਵ ਹੈਗੀਆਂ ਕੰਪੇਅਰ ਟੂ ਜਿਹੜਾ ਸਿੰਪਲ ਚੈੱਕਅਪ ਹੈ ਰੈਗੂਲਰ ਕਲੀਨਿੰਗਸ ਲਈ ਅਸੀਂ ਜਾਂਦੇ ਹਾਂ। ਸੋ ਇਹ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਪੇਸ਼ੈਂਟਸ ਦੇ ਵਿੱਚ ਕਿ ਇਟਸ ਨੋਟ ਦ ਡੈਂਟਲ ਡੈਂਟਿਸਟਰੀ ਦੈਟਸ ਐਕਸਪੈਂਸਿਵ। ਜਦੋਂ ਆਪਾਂ ਉਹਨੂੰ ਇਗਨੋਰ ਕਰਦੇ ਕਰਦੇ ਲੇਟੈਸਟ ਸਟੇਜ 'ਤੇ ਪਹੁੰਚ ਜਾਂਦੇ ਹਾਂ, ਉਸ ਟਾਈਮ 'ਤੇ ਜਿਹੜਾ ਆਪਣਾ ਫਾਈਨੈਂਸ਼ੀਅਲ ਖਰਚਾ ਹੁੰਦਾ ਹੈ ਜੋ ਹੁੰਦਾ ਉਹ ਐਕਸਪੈਂਸਿਵ ਜ਼ਿਆਦਾ ਹੁੰਦਾ ਹੈ। ਸੋ ਇਟਸ ਬੈਟਰ ਕਿ ਆਪਾਂ ਉਹਨੂੰ ਸਟਾਰਟਿੰਗ ਤੋਂ ਹੀ ਆਪਾਂ ਡੈਂਟਲ ਟ੍ਰੀਟਮੈਂਟ ਕਰਾਈਏ। ਜੇ ਛੋਟੀ ਪ੍ਰੋਬਲਮ ਹੈ ਛੋਟੇ ਤਰੀਕੇ ਨਾਲ ਸੋਲਵ ਹੋ ਜਾਂਦੀ ਹੈ, ਜਿਵੇਂ ਫਿਲਿੰਗ ਕਰਕੇ ਜਾਂ ਕਲੀਨਿੰਗਸ ਕਰਕੇ, ਉਹ ਉੱਥੇ ਹੀ ਸੋਲਵ ਹੋ ਜਾਂਦੀ ਹੈ, ਉਨਾ ਜ਼ਿਆਦਾ ਖਰਚਾ ਵੀ ਨਹੀਂ ਹੁੰਦਾ। ਬਟ ਜਿੰਨਾ ਇਗਨੋਰ ਆਪਾਂ ਕਰਦੇ ਰਹਿੰਦੇ ਹਾਂ ਉਨੇ ਹੀ ਪੈਸੇ ਤੁਹਾਨੂੰ ਇਵੈਂਚੁਅਲੀ ਉਸ 'ਚ ਪਾਉਣੇ ਪੈਂਦੇ ਆ। ਜੀ ਜੀ, ਇਹ ਇੱਕ ਕਿਉਂਕਿ ਆਪਾਂ ਇੱਥੇ ਹੁਣ ਜਦੋਂ ਸਾਡੇ ਇੱਥੇ ਬੱਚੇ ਨੇ ਅੱਗੇ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ, ਤਾਂ ਉਹ ਉਹਨਾਂ ਦੀ ਲਾਈਕ ਬਚਪਨ ਤੋਂ ਹੀ ਈਵਨ ਕਿ ਸਕੂਲ ਦੀਆਂ ਵੀ ਰਿਕੁਆਇਰਮੈਂਟਸ ਹੁੰਦੀਆਂ ਨੇ ਮੈਡੀਕਲ ਚੈੱਕਅਪ ਐਂਡ ਆਲ ਦੈਟ, ਤਾਂ ਉਹਨਾਂ ਤੋਂ ਸਾਨੂੰ ਬੜੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਜਿਹੜੀਆਂ ਸਾਨੂੰ ਨਹੀਂ ਮਿਲੀਆਂ ਜਦੋਂ ਅਸੀਂ ਉੱਥੇ ਹੁੰਦੇ ਸੀਗੇ, ਤਾਂ ਇਹ ਬਹੁਤ ਇੱਕ ਬਹੁਤ ਵੱਡੀ ਆਪਣੇ ਕੋਲ ਐਡਵਾਂਟੇਜ ਕਹਿ ਸਕਦੇ ਹਾਂ ਆਪਾਂ ਕਿ ਜਦੋਂ ਆਪਾਂ ਇਸ ਕੰਟਰੀ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਰਹਿ ਕੇ ਆਪਾਂ ਇਸ ਚੀਜ਼ ਨੂੰ ਕਰ ਸਕਦੇ ਹਾਂ ਫੋਲੋ ਅਪ। ਅਤੇ ਉਸ ਦੇ ਵਿੱਚ ਕੀ ਹੈਗਾ ਆ ਕਿ ਜਿੱਥੇ ਜਿੱਦਾਂ ਰੈਗੂਲਰ ਚੈੱਕਅਪ ਹਰ ਕੋਈ ਡਾਕਟਰਸ ਕਹਿੰਦੇ ਨੇ, ਜਦੋਂ ਵੀ ਮੈਂ ਮੇਰੇ ਇੰਟਰਵਿਊ ਦੇ ਵਿੱਚ ਮੇਰੇ ਸ਼ੋਅ ਦੇ ਵਿੱਚ ਕੋਈ ਡਾਕਟਰਸ ਆਉਂਦੇ ਨੇ ਤਾਂ ਉਹ ਫੋਲੋ ਅਪ ਕਹਿੰਦੇ ਨੇ, ਅਤੇ ਜਿੱਥੇ ਤੁਸੀਂ ਹਾਰਟ ਬਲੱਡ ਵਰਕ ਐਂਡ ਆਲ ਦੈਟ ਫੋਲੋ ਅਪ ਕਰਦੇ ਹਾਂ, ਤਾਂ ਦਾ ਮੇਨ ਪਾਰਟ ਇਜ਼ ਜਿਹੜੀ ਸਮਾਈਲ ਹੈ ਆਪਣੀ, ਜਿਹੜੇ ਟੀਥ ਨੇ ਆਪਣੇ, ਜਿਹੜਾ ਮੇਨ ਜਿਹੜੀ ਆਪਣੀ ਇੰਟਰੋਡਕਸ਼ਨ ਆ ਜਿੱਥੋਂ ਆਪਾਂ ਬੋਲਦੇ ਹਾਂ ਉਸ ਦੀ ਨਹੀਂ ਸੰਭਾਲ ਰੱਖੀ ਤਾਂ ਫਿਰ ਯੂ ਨੋ। ਬਿਲਕੁਲ ਜੀ, ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦੀ ਹਾਂ ਇਸ ਚੀਜ਼ 'ਚ। ਮਾਊਥ ਜਿਹੜੀ ਹੈਗੀ ਹੈ ਸਾਡੀ ਓਰਲ ਕੈਵਿਟੀ ਹੈ ਸਾਡੀ, ਚਲੋ ਉਸ ਨੂੰ ਤੁਸੀਂ ਇੱਕ ਜਿਹੜੇ ਨੋਰਮਲ ਬੰਦੇ ਲਈ ਮੈਨ ਹੈਗੇ, ਆਪਾਂ ਇਸ ਨਾਲ ਜੋੜ ਕੇ ਸਮਾਈਲ ਹੋਏਗੀ ਅੱਛੀ ਅਤੇ ਸਾਨੂੰ ਲਾਈਕ ਪਰਸਨੈਲਿਟੀ ਵੀ ਅੱਛੀ ਲੱਗਦੀ ਹੈ, ਦੈਟਸ ਟਰੂ। ਬਟ ਬਹੁਤ ਸਾਰੇ ਸਾਡੇ ਓਰਲ ਡਿਜ਼ੀਜ਼ ਹੈਗੀਆਂ ਜਿਹੜੀਆਂ ਬੋਡੀ ਨਾਲ ਰਿਲੇਟਡ ਵੀ ਹੁੰਦੀਆਂ ਨੇ। ਕਈ ਵਾਰੀ ਸਾਡੇ
ਬਾਡੀ ਨਾਲ ਸਾਡੇ ਮੂੰਹ 'ਚ ਜੇ ਬੈਕਟੀਰੀਆ ਕਿਸੇ ਤਰ੍ਹਾਂ ਦਾ ਹੈ ਉਹ ਹਾਰਟ 'ਚ ਵੀ ਜਾ ਸਕਦੇ, ਉਹ ਬਲੱਡ 'ਚ ਵੀ ਜਾਂਦੇ ਹੈ। ਬਹੁਤ ਬਹੁਤ ਵਾਰੀ ਇਹ ਵੀ ਦੇਖਿਆ ਹੈ ਕਿ ਕਈ ਵਾਰੀ ਇੱਕ ਸਿਰਫ ਦੰਦ ਦੀ ਇਨਫੈਕਸ਼ਨ ਨਾਲ ਬਲੱਡ ਦਾ ਇਨਫੈਕਸ਼ਨ ਵੀ ਹੋ ਜਾਂਦਾ ਹੈ, ਉਹਦੇ ਨਾਲ ਆਪਣਾ ਫੀਵਰ ਵਗੈਰਾ ਇਹ ਸਭ ਚੀਜ਼ਾਂ ਵੀ ਐਸੋਸੀਏਟਡ। ਡਾਕਟਰ ਸ਼ਿਲਪਾ, ਆਪਾਂ ਇੱਦਾਂ ਹੀ ਜੁੜੇ ਰਵਾਂਗੇ, ਬ੍ਰੇਕ ਦਾ ਟਾਈਮ ਹੋ ਗਿਆ ਵਾ। ਦਰਸ਼ਕੋ, ਤੁਸੀਂ ਵੀ ਇਸੇ ਤਰ੍ਹਾਂ ਜੁੜੇ ਹੋ ਸਾਡੇ ਨਾਲ। ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ। ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ। ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ। ਅਤੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਸਾਡੇ ਅੱਜ ਦੇ ਗੈਸਟ ਨੇ ਉਹਨਾਂ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਆ, ਤਾਂ ਥੱਲੇ ਲਿਖੇ ਨੰਬਰ ਦੇ ਉੱਪਰ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਅੱਜ ਸਾਡੇ ਨਾਲ ਜੁੜੇ ਨੇ ਸਨਸ਼ਾਈਨ ਡੈਂਟਿਸਟਰੀ ਬ੍ਰੈਂਪਟਨ ਕੈਨੇਡਾ ਤੋਂ, ਅਤੇ ਡਾਕਟਰ ਸ਼ਿਲਪਾ ਦੀਵਾਨ। ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਡਾਕਟਰ ਸ਼ਿਲਪਾ। ਥੈਂਕ ਯੂ ਥੈਂਕ ਯੂ। ਸੋ ਡਾਕਟਰ ਸ਼ਿਲਪਾ, ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਇਨਫੈਕਸ਼ਨਸ ਜਿਹੜੀਆਂ ਨੇ ਮੂੰਹ ਤੋਂ ਸ਼ੁਰੂ ਹੁੰਦੀਆਂ ਨੇ, ਜਿਸ ਤਰ੍ਹਾਂ ਆਪਾਂ ਹੁਣ ਕੋਵਿਡ ਦੀ ਆਪਾਂ ਗੱਲ ਕਰ ਲਈਏ, ਤਾਂ ਕੋਵਿਡ ਦੇ ਵਿੱਚ ਵੀ ਲਾਈਕ ਆਪਾਂ ਨੂੰ ਮਾਸਕ ਪਾਉਣਾ ਪੈਂਦਾ। ਦਿਸ ਦਿਸ ਮੋਸਟ ਇੰਪੋਰਟੈਂਟ ਪਾਰਟ ਕਿ ਜਿਹੜਾ ਆਪਣਾ ਨੋਜ਼, ਮਾਊਥ, ਆਈਜ਼, ਆਹ ਜਿਹੜੀਆਂ ਜਿਹੜਾ ਫੇਸ਼ੀਅਲ ਜਿਹੜਾ ਮੇਨ ਆਪਣਾ ਜਿਹੜੀ ਖੂਬਸੂਰਤੀ ਆ ਇਨਸਾਨ ਦੀ ਬੋਡੀ, ਆਪਾਂ ਵਰਜਿਸ਼ ਕਰਕੇ ਬਣਾ ਸਕਦੇ ਹਾਂ, ਦੰਦ ਆਪਾਂ ਵਰਜਿਸ਼ ਕਰਕੇ ਨਹੀਂ ਬਣਾ ਸਕਦੇ, ਉਹਨਾਂ ਦੀ ਟੇਕ ਕੇਅਰ ਕਰਨੀ ਪੈਂਦੀ ਆ। ਸੋ ਪਲੀਜ਼ ਗੋ ਅਹੈਡ। ਹਾਂਜੀ, ਆਪਾਂ ਨੋਰਮਲੀ ਕੀ ਹੈ ਕਿ ਆਮ ਜਨਤਾ ਜਿਹੜੀ ਹੁੰਦੀ ਹੈ, ਆਪਾਂ ਟੀਥ ਨੂੰ ਆਪਾਂ ਦੇਖਦੇ ਹਾਂ ਜਸਟ ਲਾਈਕ ਅ ਬਿਊਟੀ, ਆਪਾਂ ਇੱਦਾਂ ਹੀ ਦੇਖਦੇ ਹਾਂ ਕਿ ਸਿਰਫ ਬਿਊਟੀ ਹੈਗੀ ਆ। ਜਦਕਿ ਇਹ ਟਰੂ ਹੈਗਾ, ਸਾਡੀ ਫੇਸ਼ੀਅਲ ਬਿਊਟੀ ਦਾ ਇੱਕ ਬਹੁਤ ਵੱਡਾ ਪਾਰਟ ਹੈ ਸਾਡੇ ਟੀਥ, ਬਟ ਇਸ ਤੋਂ ਜ਼ਿਆਦਾ ਵੀ ਬਹੁਤ ਕੁਛ ਹੈ। ਆਪਣੀ ਓਰਲ ਕੈਵਿਟੀ ਜਿਹੜੀ ਮਾਊਥ ਹੁੰਦਾ ਹੈਗਾ, ਇਹਦੇ ਅੰਦਰ ਕਿੰਨੇ ਬੈਕਟੀਰੀਆਜ਼ ਹੁੰਦੇ ਆ ਜਿਹੜੇ ਲਿੰਕਡ ਹੁੰਦੇ ਆ ਸਾਡੀ ਬੋਡੀ ਨਾਲ ਵੀ, ਮਤਲਬ ਕਿ ਬਹੁਤ ਸਾਰੀਆਂ ਹਾਰਟ ਪ੍ਰੋਬਲਮਸ ਵੀ ਹੋ ਸਕਦੀਆਂ ਜੇ ਆਪਾਂ ਆਪਣੇ ਮਾਊਥ ਦਾ ਖਿਆਲ ਨਹੀਂ ਰੱਖਦੇ। ਜਿਵੇਂ ਤੁਸੀਂ ਕੋਵਿਡ ਦੀ ਗੱਲ ਕੀਤੀ ਹੈ, ਠੀਕ ਹੈ, ਜਿਹੜਾ ਆਪਣੀ ਨੇਜ਼ਲ ਕੈਵਿਟੀ ਹੈ, ਨੋਜ਼ ਹੈਗਾ, ਤੇ ਜਿਹੜਾ ਆਪਣਾ ਮਾਊਥ ਹੈਗਾ ਜਿਹੜਾ ਆਪਾਂ ਕਵਰ ਕਰਦੇ ਹਾਂ ਮਾਸਕ ਪਾ ਕੇ, ਇਹ ਮੇਨ ਸੋਰਸ ਹੈਗਾ ਜਿੱਥੋਂ ਸਾਡਾ ਬੈਕਟੀਰੀਆ ਆਪਣੀ ਬੋਡੀ ਦੇ ਅੰਦਰ ਜਾਏਗਾ। ਇਸ ਕਰਕੇ ਮਾਸਕ ਪਾਉਣਾ ਅਸੀਂ ਜ਼ਰੂਰੀ ਕਹਿੰਦੇ ਹਾਂ। ਜ਼ਿਆਦਾਤਰ ਲੋਕਾਂ ਨੂੰ ਇਹ ਸੋਚਦੇ ਹੈਗੇ ਕਿ ਮਾਸਕ ਜਸਟ ਮਤਲਬ ਐਵੇਂ ਫਾਰਮੈਲਿਟੀ ਹੈਗੀ ਹੈ ਕਿ ਕੁਛ ਨਹੀਂ ਹੈ, ਕੁਛ ਨਹੀਂ, ਕੋਈ ਪ੍ਰੋਟੈਕਸ਼ਨ ਨਹੀਂ ਹੁੰਦੀ, ਬਟ ਮੇਨ ਜਿਹੜਾ ਵਾਇਰਸ ਹੈਗਾ ਜਾਂ ਬੈਕਟੀਰੀਆ ਹੈਗਾ ਜਿਹੜਾ ਜਿਹਦਾ ਸੋਰਸ ਹੈਗਾ ਉਹ ਸਾਡੇ ਮਾਊਥ ਤੋਂ ਜਾਂ ਸਾਡੇ ਨੋਜ਼ ਤੋਂ ਆਉਂਦਾ, ਤੇ ਜਦੋਂ ਇਹ ਬਲੱਡ 'ਚ ਜਾਂਦਾ ਫਿਰ ਉਹ ਇਨਫੈਕਸ਼ਨ ਕੌਜ਼ ਕਰਦਾ। ਸੋ ਯੈਸ, ਆਪਾਂ ਮਾਊਥ ਦੀ ਟੇਕ ਕੇਅਰ ਕਰਨੀ ਹੈਗੀ ਹੈ। ਉਹਦੇ ਵਿੱਚ ਆਪਾਂ ਜਦੋਂ ਆਪਾਂ ਬਿਊਟੀਫੁਲ ਸਮਾਈਲ ਦੀ ਗੱਲ ਕਰਦੇ ਹਾਂ, ਤੇ ਬ੍ਰੇਸਿਸ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ। ਸਾਨੂੰ ਇੱਦਾਂ ਲੱਗਦਾ ਹੈ ਕਿ ਹਾਂ ਬਹੁਤ ਐਕਸਪੈਂਸਿਵ ਹੈ ਇਹ ਚੀਜ਼ਾਂ, ਮੈਂ ਮੰਨਦੀ ਹਾਂ ਐਕਸਪੈਂਸਿਵ ਹੈਗੀਆਂ, ਬਟ ਤੁਸੀਂ ਇਹ ਵੀ ਸੋਚੋ ਤੁਹਾਡੀ ਲਾਈਫ ਲੌਂਗ ਚੀਜ਼ ਹੈਗੀ ਹੈ ਜਿਹੜੀ ਤੁਹਾਨੂੰ ਸਾਲ ਦੋ ਸਾਲ ਦਾ ਟ੍ਰੀਟਮੈਂਟ ਹੈਗਾ, ਤੁਹਾਡੀ ਇਹ ਬਿਊਟੀ, ਤੁਹਾਡੇ ਇਹ ਦੰਦ, ਤੁਹਾਡੀ ਸਾਰੀ ਜ਼ਿੰਦਗੀ ਤੁਹਾਡੇ ਨਾਲ ਚੱਲਣੀ ਹੈ। ਜਿਵੇਂ ਬਾਕੀ ਬੋਡੀ ਦਾ ਪਾਰਟ ਇੰਪੋਰਟੈਂਟ ਹੁੰਦਾ, ਆਪਾਂ ਤੁਸੀਂ ਕਿਹਾ ਵੀ ਅਸੀਂ ਵਰਜਿਸ਼ ਕਰਕੇ ਆਪਣੀ ਬੋਡੀ ਨੂੰ ਸਹੀ ਬਣਾ ਲੈਂਦੇ ਹਾਂ, ਉੱਦਾਂ ਹੀ ਟੀਥ ਤੇ ਵੀ ਆਪਾਂ ਨੂੰ ਫੋਕਸ ਕਰਨਾ ਚਾਹੀਦਾ ਹੈ ਜੀ। ਤੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਤੁਹਾਡੀ ਜਿਹੜੀ ਫੈਸਿਲਿਟੀ ਆ, ਜਿਹੜਾ ਤੁਹਾਡਾ ਕਲੀਨਿਕ ਹੈਗਾ ਵਾ, ਉੱਥੇ ਤੁਸੀਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਪ੍ਰੋਵਾਈਡ ਕਰਦੇ ਹੋ? ਲਾਈਕ ਜਿੱਦਾਂ ਆਪਾਂ ਗੱਲ ਕਰ ਰਹੇ ਕਿ ਲੇਟੈਸਟ ਡੈਂਟਿਸਟਰੀ ਜਾਂ ਮਾਡਰਨ ਡੈਂਟਿਸਟਰੀ ਦੇ ਵਿੱਚ ਤੁਸੀਂ ਕੀ ਕੁਝ ਪ੍ਰੋਵਾਈਡ ਕਰਦੇ ਹੋ ਉੱਥੇ? ਜਿਹੜੀ ਸਾਡੀ ਲੇਟੈਸਟ ਡੈਂਟਿਸਟਰੀ ਹੈ ਉਹ ਐਡਵਾਂਸਮੈਂਟ ਨਾਲ ਸਭ ਤੋਂ ਜ਼ਿਆਦਾ ਐਡਵਾਂਸਡ ਜਿਹੜੇ ਆਪਣੇ ਪ੍ਰੋਸੀਜਰਸ ਹੈਗੇ, ਜਿਵੇਂ ਕਿ ਇੰਪਲਾਂਟਸ ਕੀ ਹੁੰਦੇ ਆ, ਜਦੋਂ ਸਾਡੇ ਦੰਦ ਮਿਸਿੰਗ ਹੁੰਦੇ ਆ, ਤੇ ਨੋਰਮਲੀ ਕੀ ਹੁੰਦੇ ਕਿ ਮਿਸਿੰਗ ਦੰਦਾਂ ਦੇ ਵਿੱਚ ਆਪਾਂ ਕੀ ਕਹਿੰਦੇ ਕਿ ਬੁਢਾਪੇ 'ਚ ਜਾ ਕੇ ਉਹ ਡੈਂਚਰ ਲਵਾ ਲਈਦਾ, ਠੀਕ ਹੈ, ਉਹ ਤਾਂ ਚੀਜ਼ ਹੈ ਹੀ ਹੈ। ਬਟ ਫੋਰ ਐਗਜ਼ਾਮਪਲ ਕਿ ਜੇ ਇੱਕ ਦੰਦ ਮਿਸਿੰਗ ਹੈ ਜਾਂ ਦੋ ਦੰਦ ਮਿਸਿੰਗ ਹੈ, ਉਹਦੇ ਵਿੱਚ ਤੁਸੀਂ ਡੈਂਚਰ ਨਹੀਂ ਲਵਾਉਣਾ ਚਾਹੁੰਦੇ ਹੋ, ਤੇ ਇੰਪਲਾਂਟ ਇੱਕ ਸਭ ਤੋਂ ਮਾਡਰਨ ਟੈਕਨੋਲੋਜੀ ਹੈਗੀ ਹੈ। ਉਹਦੇ ਵਿੱਚ ਇੱਕ ਸਕਰੂ ਹੁੰਦਾ ਹੈ, ਸਕਰੂ ਤੁਹਾਡੀ ਹੱਡੀ 'ਚ ਜਾ ਕੇ ਫਿਕਸ ਕਰ ਦਿੰਦੇ ਆ, ਉਹਦੇ ਉੱਪਰ ਇੱਕ ਕੈਪ ਯਾਨੀ ਕਰਾਊਨ ਲੱਗ ਜਾਂਦਾ ਹੈ,
ਇਹ ਵੀ ਲਾਈਫ ਲੌਂਗ ਚੀਜ਼ ਹੈਗੀ ਹੈ। ਇਹਦੀ ਮੇਨਟੇਨੈਂਸ ਬਿਲਕੁਲ ਜਿਵੇਂ ਇੱਕ ਆਮ ਦੰਦ ਹੁੰਦਾ ਹੈ ਆਪਣਾ, ਉਹ ਫੀਲ ਵੀ ਇੱਦਾਂ ਹੁੰਦਾ ਹੈ ਤੇ ਉਹਦੀ ਮੇਨਟੇਨੈਂਸ ਵੀ ਉੱਦਾਂ ਹੀ ਹੁੰਦੀ ਹੈ, ਤੇ ਇਹ ਵੀ ਬਿਲਕੁਲ ਲਾਈਫ ਲੌਂਗ ਚੀਜ਼ ਹੈ। ਗ੍ਰਾਂਟਿਡ ਇੱਕ ਐਕਸਪੈਂਸਿਵ ਚੀਜ਼ ਹੈ, ਬਟ ਇਹ ਫਿਰ ਵੀ ਤੁਹਾਡੀ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਹਿੰਦਾ ਹੈ ਜੀ। ਤੁਹਾਡੇ ਨਾਲ ਸਾਥ ਤੁਹਾਡਾ ਦੇ ਰਹੇ ਨੇ ਸੋਨਮ ਜੀ। ਸੋਨਮ ਜੀ ਤੁਹਾਡਾ ਸਵਾਗਤ ਕਰਦੇ ਹਾਂ, ਸੌਰੀ ਮੈਂ ਵੈਲਕਮ ਹੈ ਤੁਹਾਡਾ। ਤੇ ਸੋਨਮ ਜੀ ਦਾ ਕੀ ਪਾਰਟ ਹੈਗਾ ਵਾ ਆਪਣੇ ਕਲੀਨਿਕ ਦੇ ਵਿੱਚ? ਹਾਂਜੀ, ਮੈਂ ਇੱਥੇ ਆਫਿਸ ਮੈਨੇਜਰ ਦੀ ਜੌਬ ਕਰਦੀ ਹਾਂ। ਸੋ ਅਗਰ ਮੈਂ ਗੱਲ ਕਰਾਂ ਤਾਂ ਮੈਂ ਸਟਾਰਟਿੰਗ ਇੱਥੇ ਐਜ਼ ਅ ਅਸਿਸਟੈਂਟ ਕੀਤੀ ਸੀ, ਦੈਨ ਆਈ ਵਰਕਡ ਐਜ਼ ਅ ਫਰੰਟ ਡੈਸਕ ਤੇ, ਫਿਰ ਮੈਨੂੰ ਡਾਕਟਰ ਜੀ ਨੇ ਓਪਰਚੁਨਿਟੀ ਦਿੱਤੀ ਕਿ ਮੇਰੇ ਕੋਲ ਕਾਫੀ ਐਕਸਪੀਰੀਅੰਸ ਹੋ ਗਿਆ, ਦੈਨ ਆਈ ਵਰਕਡ ਐਜ਼ ਅ ਆਫਿਸ ਮੈਨੇਜਰ। ਓਕੇ, ਤੁਸੀਂ ਮੈਨੇਜਿੰਗ ਟੀਮ ਦੇ ਵਿੱਚ ਹੈਗੇ ਆ, ਤੇ ਸਭ ਤੋਂ ਮੇਨ ਪਾਰਟ ਜਿਹੜਾ ਆਪਾਂ ਇਹਨਾਂ ਕੰਟਰੀਜ਼ ਦੇ ਵਿੱਚ ਦੇਖਦੇ ਹੁੰਦੇ ਹਾਂ ਕਿ ਜਿਹੜੀ ਮੈਨੇਜਿੰਗ ਟੀਮ ਹੈਗੀ ਆ ਜਾਂ ਫਰੰਟ ਡੈਸਕ ਹੈਗਾ ਵਾ, ਉਹ ਭਾਵੇਂ ਸਾਡੇ ਫਿਜੀਸ਼ੀਅਨਸ ਨੇ, ਡਾਕਟਰਸ ਨੇ, ਡੈਂਟਿਸਟ ਨੇ ਜਾਂ ਸਾਡੇ ਲਾਇਰ ਨੇ, ਹੋਰ ਵੀ ਨੇ, ਫਰੰਟ ਡੈਸਕ ਤੋਂ ਸਾਰਾ ਕੁਝ ਚੱਲਦਾ ਵਾ। ਤੇ ਤੁਹਾਡੇ ਆਫਿਸ ਦੀ ਸਪੈਸ਼ਲਿਟੀ ਕੀ ਆ ਫਰੰਟ ਡੈਸਕ ਦੀ ਜਾਂ ਮੈਨੇਜਮੈਂਟ ਦੀ? ਕੀ ਜੇ ਤੁਹਾਨੂੰ ਕੋਈ ਕਾਲ ਆਉਂਦੀ ਆ ਤੁਸੀਂ ਤੁਹਾਡੇ ਕੋਲ ਕੀ ਪ੍ਰੋਵਾਈਡ ਕਰਦੇ ਆ, ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨਾਲ ਡੀਲ ਕਰਦੇ ਆ? ਜਾਂ ਜੇ ਜਿਹੜੇ ਸਾਡੇ ਸਾਰੇ ਦਰਸ਼ਕ ਦੇਖ ਰਹੇ ਨੇ ਬ੍ਰੈਂਪਟਨ ਤੇ ਆਲ ਓਵਰ, ਤਾਂ ਜਿਹੜੇ ਤੁਹਾਨੂੰ ਵਿਜ਼ਿਟ ਕਰਨਾ ਚਾਹੁੰਦੇ ਨੇ ਤਾਂ ਉਹ ਪਲੀਜ਼ ਪ੍ਰੋਸੀਜਰ ਦੱਸਿਓ। ਹਾਂਜੀ ਸ਼ੋਰ। ਸੋ ਫਸਟ ਆਫ ਆਲ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਜਿਹੜਾ ਸਾਡਾ ਆਫਿਸ ਆ ਉਹ 7 ਡੇਜ਼ ਓਪਨ ਹੈਗਾ ਆ। ਅਗਰ ਫਰੰਟ ਡੈਸਕ ਦੀ ਗੱਲ ਕਰੀਏ, ਸਾਡੇ ਕੋਲ ਇਨਫ ਸਟਾਫ ਆ। ਅਗਰ ਪੇਸ਼ੈਂਟਸ ਨੂੰ ਐਮਰਜੈਂਸੀ ਦੇ ਵਿੱਚ ਵੀ ਅਪੁਆਇੰਟਮੈਂਟਸ ਚਾਹੀਦੀਆਂ ਵਾ ਤਾਂ ਸੇਮ ਡੇ ਰਾਈਟ ਆਫਟਰ ਸਮ ਟਾਈਮ ਅਸੀਂ ਜਿੱਦਾਂ 10-15 ਮਿੰਟਸ ਦੇ ਬਾਅਦ ਵੀ ਅਸੀਂ ਪੇਸ਼ੈਂਟਸ ਨੂੰ ਐਮਰਜੈਂਸੀ ਅਪੁਆਇੰਟਮੈਂਟਸ ਅਸੀਂ ਦੇ ਦਿੰਦੇ ਹਾਂ। ਸਾਡੇ ਕੋਲ ਇਨਫ ਫਰੰਟ ਡੈਸਕ ਸਟਾਫ ਹੈਗਾ ਆ, ਇਨਫ ਡਾਕਟਰਸ ਆ, ਕੋਈ ਪੇਸ਼ੈਂਟਸ ਨੂੰ ਵੇਟ ਨਹੀਂ ਕਰਨੀ ਪੈਂਦੀ ਅਪੁਆਇੰਟਮੈਂਟਸ ਲਈ। ਬਾਕੀ ਸਾਰੀਆਂ ਸਰਵਿਸਿਜ ਅਵੇਲੇਬਲ ਹੈਗੀਆਂ ਵਾ, ਸਾਰੇ ਡਾਕਟਰ ਸਾਰੇ ਟ੍ਰੀਟਮੈਂਟ ਇੱਥੇ ਹੁੰਦੇ ਆ। ਬਹੁਤ ਘੱਟ ਚਾਂਸਿਸ ਆ ਕਿ ਅਸੀਂ ਪੇਸ਼ੈਂਟਸ ਨੂੰ ਰੈਫਰ ਕਰਦੇ ਹਾਂ ਟੂ ਦ ਸਪੈਸ਼ਲਿਸਟ ਤੇ ਯਾ। ਸੋ ਸਾਰੀਆਂ ਸਰਵਿਸਿਜ ਫਰੰਟ ਡੈਸਕ ਤੇ ਕਾਫੀ ਸਟਾਫ ਆ। ਸੋ ਸਾਰੀਆਂ ਅਪੁਆਇੰਟਮੈਂਟ ਸੇਮ ਡੇ ਤੇ ਵੀ ਆਪਾਂ ਐਮਰਜੈਂਸੀ ਚ ਸਾਰੇ ਪੇਸ਼ੈਂਟਸ ਨੂੰ ਪ੍ਰੋਵਾਈਡ ਕਰਦੇ ਹਾਂ। ਦੂਸਰੀ ਆਪਾਂ ਸਰਵਿਸ ਦੇ ਦਿੰਦੇ ਹਾਂ ਕਿਸੇ ਟਾਈਮ ਤੇ ਸੀਨੀਅਰ ਸਿਟੀਜ਼ਨਸ ਪੇਸ਼ੈਂਟਸ ਹੁੰਦੇ ਆ, ਉਹਨਾਂ ਨੂੰ ਆਉਣ ਜਾਣ ਦੀ ਥੋੜੀ ਪ੍ਰੋਬਲਮ ਆ ਜਾਂਦੀ ਆ ਟਰਾਂਸਪੋਰਟੇਸ਼ਨ ਦੀ, ਉਹਦੇ ਵਿੱਚ ਆਪਾਂ ਉਹਨਾਂ ਨੂੰ ਰਾਈਡਸ ਵੀ ਪ੍ਰੋਵਾਈਡ ਕਰਦੇ ਹਾਂ। ਸੋ ਦੈਟ ਕਿ ਅਗਰ ਪੇਸ਼ੈਂਟ ਨੂੰ ਕੋਈ ਐਮਰਜੈਂਸੀ ਹੈਗੀ ਆ ਤਾਂ ਆਪਾਂ ਉਹਨਾਂ ਨੂੰ ਟ੍ਰੀਟਮੈਂਟ ਦੇ ਸਕੀਏ ਜੀ। ਕਿਉਂਕਿ ਜਿਹੜੀ ਮੇਨ ਜਦੋਂ ਡਾਕਟਰ ਦਾ ਕੰਮ ਸ਼ੁਰੂ ਹੁੰਦਾ ਵਾ ਜਦੋਂ ਪੇਸ਼ੈਂਟ ਅੰਦਰ ਆ ਗਿਆ, ਵਾਕ ਇਨ ਕਰ ਗਿਆ, ਉਸ ਤੋਂ ਪਹਿਲਾਂ ਜਿਹੜੀ ਜੌਬ ਹੁੰਦੀ ਆ ਮੈਨੇਜਿੰਗ ਟੀਮ ਦੀ ਹੁੰਦੀ ਆ ਜਾਂ ਫਰੰਟ ਡੈਸਕ ਦੀ ਹੁੰਦੀ ਆ, ਤਾਂ ਉਸ ਦੇ ਵਿੱਚ ਮੇਨ ਕਿਉਂਕਿ ਇਹ ਮੇਰੇ ਕੁਐਸਚਨ ਇਹ ਤਾਂ ਹੈਗੇ ਨੇ ਕਿ ਜਿਹੜੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਤਾਂ ਉਹਨਾਂ ਨੂੰ ਆਪਾਂ ਕੰਫਰਟ ਲੈਵਲ ਦੇਣਾ ਵਾ ਕਿ ਸਾਡੇ ਕਲੀਨਿਕ ਦੇ ਵਿੱਚ ਕੀ ਕੰਫਰਟ ਲੈਵਲ ਹੈਗਾ, ਅਸੀਂ ਕੀ ਪ੍ਰੋਵਾਈਡ ਕਰਦੇ ਹਾਂ। ਕਿ ਜੇ ਤੁਹਾਡੇ ਕੋਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਨਾਂ ਕੋਲ ਜੇ ਰਾਈਡ ਵੀ ਹੈ ਨਹੀਂ ਗੀ ਤਾਂ ਤੁਸੀਂ ਰਾਈਡ ਵੀ ਪ੍ਰੋਵਾਈਡ ਕਰ ਦਿੰਦੇ ਹਾਂ, ਅਤੇ ਈਵਨ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਐਮਰਜੈਂਸੀ ਡੈਂਟਿਸਟ ਸਰਵਿਸ ਚਾਹੀਦੀ ਹੋਵੇ ਤਾਂ, ਕਿਉਂਕਿ ਆਪਾਂ ਦੇਖਦੇ ਹਾਂ ਅਕਸਰ ਕਿ ਜਦੋਂ ਆਪਾਂ ਐਮਰਜੈਂਸੀ ਦੀ ਗੱਲ ਕਰਦੇ ਹਾਂ, ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਏ ਆਪਾਂ ਹੋਸਪਿਟਲ ਕਿਤੇ ਵੀ ਐਮਰਜੈਂਸੀ ਜਾ ਸਕਦੇ ਹਾਂ 911 'ਤੇ ਜਾਂ ਕੋਈ ਵੀ ਕਾਲ ਕਰਕੇ, ਬਟ ਉਹ ਡੈਂਟਿਸਟਰੀ ਜਿਹੜੀ ਆ ਨਾ ਉਸ ਐਮਰਜੈਂਸੀ ਦੇ ਵਿੱਚ ਆਪਾਂ ਨੂੰ ਨਹੀਂ ਉਹ ਪ੍ਰੋਵਾਈਡ ਕਰਦੇ। ਆਪਾਂ ਤੁਹਾਨੂੰ ਪੇਨ ਕਿਲਰ ਦੇ ਦੇਣਗੇ, ਕੁਛ ਦੇ ਦੇਣਗੇ, ਐਨ ਦੇ ਸੈਂਡ ਯੂ ਬੈਕ ਹੋਮ। ਪਰ ਆਹ ਚੀਜ਼ ਜਾਣ ਕੇ ਵਧੀਆ ਲੱਗੀ ਕਿ ਤੁਸੀਂ ਆਪਣੇ ਕਲੀਨਿਕ ਦੇ ਵਿੱਚ ਡੈਂਟਿਸਟਰੀ ਐਮਰਜੈਂਸੀ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਆ। ਅਤੇ ਜੇ ਆਪਾਂ ਨੂੰ ਜਾਂ ਕਿਸੇ ਕਸਟਮਰ ਨੂੰ ਐਮਰਜੈਂਸੀ ਮੀਨਸ ਕਿ ਕਲੀਨਿਕ ਟਾਈਮਿੰਗ ਕੀ ਆ ਤੁਹਾਡੇ ਕਲੀਨਿਕ ਦੀ ਟਾਈਮਿੰਗ ਕੀ ਹੈਗੀ ਆ, ਉਹ ਕਿੰਨੇ ਵਜੇ ਖੋਲਦੇ ਆ, ਕਿੰਨੇ ਵਜੇ? ਹਾਂਜੀ, ਸੋ ਕਲੀਨਿਕ ਟਾਈਮਿੰਗ ਸਾਡੀਆਂ ਹੈਗੀਆਂ ਵਾ 10-7। ਕਿਸੇ ਟਾਈਮ ਤੇ ਹੁਣ ਜਿੱਦਾਂ ਆਪਾਂ ਕੈਨੇਡਾ ਚ ਆ ਤਾਂ ਮੋਸਟ ਆਫ ਦਾ ਪੇਸ਼ੈਂਟਸ ਜਿਹੜੀਆਂ ਉਹਨਾਂ ਦੀਆਂ ਜੌਬਸ ਹੁੰਦੀਆਂ ਵਾ 10-6 ਜਾਂ 10-7। ਸੋ ਅਗਰ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਲੋਡ ਹੈਗੀ ਉਹਨਾਂ ਦੇ ਪੇਨ ਆ ਤਾਂ ਅਸੀਂ ਆਪਣੀ ਆਰਜ਼ ਜਿਹੜੀ ਐਕਸਟੈਂਡ ਵੀ ਕਰ ਦਿੰਦੇ ਹਾਂ। ਸੋ ਅਸੀਂ ਸਟੇ ਕਰਦੇ ਹਾਂ ਆਫਟਰ 7, ਸੋ ਦੈਟ ਕਿ ਪੇਸ਼ੈਂਟ ਆਪਣੀ ਅਪੁਆਇੰਟਮੈਂਟ ਲਈ ਆ ਜਾਏ ਕਿ ਉਹਨੂੰ ਐਟਲੀਸਟ ਆਪਾਂ ਪੇਨ ਤੋਂ ਰਿਲੀਫ ਕਰ ਦਈਏ। ਸੋ ਇਹ ਨਹੀਂ ਆ ਕਿ ਅਸੀਂ 7 o'clock ਤੱਕ ਹੀ ਰਹਿੰਦੇ ਹਾਂ, ਇਫ ਪੇਸ਼ੈਂਟ ਨੀਡ ਦ ਅਪੁਆਇੰਟਮੈਂਟ ਤਾਂ ਆਪਾਂ ਉਹਨੂੰ ਐਕਸਟੈਂਡ ਵੀ ਕਰ ਦਿੰਦੇ ਹਾਂ ਜੀ। ਹਾਂਜੀ, ਤੇ ਤੁਹਾਡੇ ਕਲੀਨਿਕ ਦੇ ਵਿੱਚ ਕਿੰਨੇ ਐਟ ਅ ਟਾਈਮ ਕਿੰਨੇ ਪੇਸ਼ੈਂਟ ਲੈ ਸਕਦੇ ਆ, ਕਿੰਨੇ ਰੂਮ ਨੇ?
ਕਿੰਨੇ ਵਾਰਡ? ਹਾਂਜੀ, ਸਾਡੇ ਕੋਲ ਅਗਰ ਮੈਂ ਸਟਾਰਟਿੰਗ ਤੋਂ ਗੱਲ ਕਰਾਂ ਤਾਂ ਵੇਟਿੰਗ ਏਰੀਆ ਆ, ਦੈਨ ਆਪਣਾ ਰਿਸੈਪਸ਼ਨ ਏਰੀਆ ਹੈਗਾ ਆ, ਸਾਡੇ ਕੋਲ 4 ਆਪਰੇਟਰੀਜ਼ ਆ ਜਿੱਥੇ ਆਪਾਂ ਪੇਸ਼ੈਂਟਸ ਨੂੰ ਲੈ ਸਕਦੇ ਹਾਂ, ਐਕਸਰੇ ਰੂਮ ਹੈਗਾ ਵਾ ਜਿੱਥੇ ਪੇਸ਼ੈਂਟਸ ਦੇ ਆਪਾਂ ਐਕਸਰੇਜ਼ ਲੈਂਦੇ ਹਾਂ, ਲੰਚ ਰੂਮ ਆ, ਸੋ ਯਾ ਆਪਾਂ ਐਟ ਅ ਟਾਈਮ 4 ਪੇਸ਼ੈਂਟਸ ਜਿਹੜੇ ਆ ਲੈ ਸਕਦੇ ਹਾਂ ਅੰਦਰ ਜੀ। ਸੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਐਟ ਅ ਟਾਈਮ 4 ਪੇਸ਼ੈਂਟ ਇਹ ਲੈ ਸਕਦੇ ਹੈ, ਲਾਈਕ ਇਨ ਰੂਮ ਅਤੇ ਬਾਹਰ ਵੇਟਿੰਗ ਏਰੀਆ ਵੀ ਹੈਗਾ ਵਾ, ਅਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਵੀ ਇਹਨਾਂ ਕੋਲੋਂ ਪੁੱਛ ਸਕਦੇ ਹੋ, ਸੰਪਰਕ ਕਰ ਸਕਦੇ ਹੋ ਕਿ ਕਿਹੜੀ ਅਵੇਲੇਬਿਲਿਟੀ ਹੈਗੀ ਇਹਨਾਂ ਕੋਲ ਐਟ ਅ ਟਾਈਮ। ਅਤੇ ਨਾਲ ਦੀ ਨਾਲ ਤੁਸੀਂ ਇਹ ਵੀ ਜਾਣ ਕੇ ਖੁਸ਼ ਹੋਗੇ ਕਿ ਜਿਹੜੀ ਐਮਰਜੈਂਸੀ ਡੈਂਟਿਸਟਰੀ ਹੈਗੀ ਹੈ ਕਿ ਤੁਸੀਂ ਵਿਦਆਊਟ ਅਪੁਆਇੰਟਮੈਂਟ ਵਾਕ ਇਨ ਵੀ ਕਰ ਸਕਦੇ ਹੋ, ਅਤੇ ਤੁਹਾਡਾ ਜ਼ਰੂਰ ਖਿਆਲ ਰੱਖਣਗੇ। ਸੋ ਇਸੇ ਤਰ੍ਹਾਂ ਚੱਲਦਾ ਰਹੇਗਾ ਪ੍ਰੋਗਰਾਮ, ਤਾਂ ਵੇਲਾ ਫਿਰ ਹੋ ਚੱਲਿਆ ਇੱਕ ਬ੍ਰੇਕ ਦਾ, ਅਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਅੱਗੇ ਗੱਲਬਾਤ ਇਸੇ ਤਰ੍ਹਾਂ ਤੋਰਾਂਗੇ। ਸੋ ਦਰਸ਼ਕੋ ਜਾਇਓ ਕਿਤੇ ਨਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ। ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਜੁੜੇ ਹਾਂ, ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nik@jasbroadcasting.com ਦੇ ਉੱਪਰ, ਜਾਂ ਫਿਰ info@jasbroadcasting.com ਦੇ ਉੱਪਰ। ਅਤੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਤੁਹਾਡੇ ਕੋਈ ਵੀ ਕੁਐਸਚਨਸ ਨੇ ਤਾਂ ਤੁਸੀਂ ਸਾਨੂੰ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਸਾਡੇ ਮਹਿਮਾਨ ਜਿਹੜੇ ਨੇ ਉਹਨਾਂ ਨਾਲ ਗੱਲ ਕਰ ਸਕਦੇ ਹੋ। ਅਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸੋਨਮ ਜੀ, ਅਤੇ ਤੁਹਾਡੇ ਤੁਹਾਡਾ ਸਾਥ ਦੇ ਰਹੇ ਨੇ। ਤੁਹਾਡਾ ਨਾਂ ਕੀ ਹੈ ਜੀ? ਆਸ਼ਿਮਾ। ਹਾਂਜੀ ਆਸ਼ਿਮਾ ਜੀ, ਤੁਹਾਡਾ ਇਸ ਕਲੀਨਿਕ ਦੇ ਵਿੱਚ ਕੀ ਰੋਲ ਹੈਗਾ ਵਾ? ਹਾਂਜੀ ਸਰ, ਤੇ ਮੈਂ ਇੱਥੇ ਫਰੰਟ ਡੈਸਕ ਤੇ ਐਜ਼ ਐਨ ਆਫਿਸ ਐਡਮਿਨ ਕੰਮ ਕਰ ਰਹੀ ਆ। ਸੋ ਮੈਨੂੰ ਆਲਮੋਸਟ 1 ਇਅਰ ਹੋ ਗਿਆ ਆ। ਥੀਸ ਡੇਸ ਆਪਾਂ ਜਿੱਦਾਂ ਤੁਹਾਨੂੰ ਪਤਾ ਪੈਂਡੇਮਿਕ ਚੱਲ ਰਿਹਾ ਆ, ਸੋ ਵੀ ਆਪਾਂ ਸਾਰੀ ਟੇਕ ਕੇਅਰ ਕਰ ਰਹੇ ਆ ਕਿ ਕੋਈ ਵੀ ਪੇਸ਼ੈਂਟ ਆਂਦਾ ਆ, ਵੀ ਮੇਕ ਸ਼ੋਰ ਕਿ ਪਹਿਲਾਂ ਗੱਡੀ ਚ ਬਾਹਰ ਪਾਰਕਿੰਗ ਚ ਲਾ ਕੇ ਦੇ ਕਾਲਰਸ ਸਾਨੂੰ ਇਨਫੋਰਮ ਕਰਦੇ ਨੇ ਕਿ ਵੀ ਹੈਵ ਰਾਈਟ ਹੇਅਰ। ਉਸ ਤੋਂ ਬਾਅਦ ਅਸੀਂ ਜਦੋਂ ਪੇਸ਼ੈਂਟ ਅੰਦਰ ਆਉਂਦੇ ਨੇ ਆਪਾਂ ਉਹਨਾਂ ਦੀ ਮੈਡੀਕਲ ਹਿਸਟਰੀ ਲੈਂਦੇ ਆ, ਫਿਰ ਉਹਨਾਂ ਦੀ ਸਕਰੀਨਿੰਗ ਕਰੀਦੀ ਆ, ਪੂਰਾ ਟੈਂਪਰੇਚਰ ਚੈੱਕ ਕਰਕੇ ਅਸੀਂ ਤੁਸੀਂ ਕਹਿ ਲਓ ਏਅਰ ਪਿਊਰੀਫਾਇਰਸ ਲਾਏ ਹੋਏ ਆ, ਸਾਰੇ ਡਿਪੈਂਡੈਂਟ ਹੈਗੇ ਆ, ਜਸਟ ਟੂ ਮੇਕ ਸ਼ੋਰ ਕਿ ਆਪਾਂ ਪੂਰੀ ਸਟਰਲਾਈਜੇਸ਼ਨ ਦੇ ਨਾਲ ਤੇ ਪ੍ਰੋਪਰਲੀ ਟ੍ਰੀਟਮੈਂਟ ਹੋਵੇ ਤੇ ਜਿਹੜਾ ਆਪਣਾ ਵਾਇਰਸ ਹੈਗਾ ਉਹਦਾ ਸਪਰੈਡ ਘੱਟ ਤੋਂ ਘੱਟ ਹੋਵੇ ਜੀ। ਅੱਜ ਕੱਲ੍ਹ ਜਿਸ ਤਰ੍ਹਾਂ ਆਹ ਕੋਵਿਡ ਦੇ ਵਿੱਚ ਇਹ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਕਿ ਅਪੁਆਇੰਟਮੈਂਟ ਨਹੀਂ ਬਣਾਉਂਦੇ ਨੇ, ਕਈ ਕਨਫਿਊਜ਼ ਹੁੰਦੇ ਨੇ ਕਿ ਹਾਊ ਸੇਫ ਵੀ ਆਰ, ਹੈ ਨਾ, ਕਿ ਆਪਾਂ ਕਿ ਸਪੈਸ਼ਲੀ ਸ਼ੋਪਿੰਗ 'ਤੇ ਚਲੇ ਜਾਣਗੇ, ਮੌਲ ਚਲੇ ਜਾਣਗੇ, ਉਹਨੂੰ ਨਹੀਂ ਅਵੋਇਡ ਕਰਨਗੇ, ਪਰ ਜਿੱਥੇ ਡਾਕਟਰਸ ਕੋਲ ਜਾਣ ਦਾ ਟਾਈਮ ਹੈਗਾ ਵਾ ਕਿ ਅਪੁਆਇੰਟਮੈਂਟ ਬਣਾਉਣੀ ਉਹਨੂੰ ਅਵੋਇਡ ਕਰਨਗੇ ਕਿ ਅਸੀਂ ਨਹੀਂ ਉੱਥੇ ਜਾਣਾ, ਕਿ ਉੱਥੇ ਪੇਸ਼ੈਂਟਸ ਆਉਂਦੇ ਨੇ। ਪਰ ਜਿਹੜੇ ਡੈਂਟਿਸਟ ਆਫਿਸ ਹੈਗਾ ਵਾ, ਕੋਈ ਵੀ ਹੈਗਾ ਵਾ, ਮੈਂ ਜਦੋਂ ਆ ਕੋਵਿਡ ਆਇਆ ਉਸ ਤੋਂ ਪਹਿਲਾਂ ਦੀ ਮੈਂ ਗੱਲ ਕਰਦਾ ਵਾਂ, ਸਭ ਤੋਂ ਸੇਫ, ਸਭ ਤੋਂ ਜ਼ਿਆਦਾ ਸਫਾਈ ਇਹਨਾਂ ਕਲੀਨਿਕਸ 'ਚ ਹੁੰਦੀ ਹੈ, ਕਿਉਂਕਿ ਇਹ ਸਪਲਿਟ ਤੋਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਮਾਊਥ ਤੋਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਉਸ ਕਰਕੇ ਸਭ ਤੋਂ ਜ਼ਿਆਦਾ ਸੇਫਟੀ ਜਿਹੜੀ ਹੈਗੀ ਆ ਉਹ ਡੈਂਟਿਸਟ ਆਫਿਸ ਦੇ ਵਿੱਚ ਹੀ ਹੁੰਦੀ ਆ। ਅਤੇ ਜਦੋਂ ਤੁਹਾਡੇ ਕੋਲ ਕੋਈ ਅਪੁਆਇੰਟਮੈਂਟ ਬਣਾਉਂਦੇ ਨੇ, ਹੈ ਨਾ, ਤਾਂ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਕੀ ਗਾਈਡਲਾਈਨ ਦਿੰਦੇ ਆ? ਬੇਸਿਕਲੀ ਅੱਜ ਕੱਲ੍ਹ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਮੋਸਟਲੀ ਤਾਂ ਅਸੀਂ ਆਹੀ ਕਹੀਦਾ ਕਿ ਪਹਿਲਾਂ ਅਰਾਈਵ ਹੋ ਕੇ ਤੁਹਾਨੂੰ ਇਨਫੋਰਮ ਕਰਨਾ ਆ ਤੁਸੀਂ, ਫਿਰ ਅਸੀਂ ਪੂਰਾ ਜਿੱਦਾਂ ਕੋਈ ਵੀ ਪੇਸ਼ੈਂਟ ਹੁੰਦਾ ਆ ਉਸ ਤੋਂ ਬਾਅਦ ਅਸੀਂ 15 ਟੂ 20 ਮਿੰਟਸ ਦਾ ਇੱਕ ਫੈਲੋ ਪੀਰੀਅਡ ਦੇਈਦਾ ਆ, ਜਿਸ 'ਚ ਪ੍ਰੋਪਰ ਸੈਨੀਟਾਈਜੇਸ਼ਨ ਅਤੇ ਸਟਰਲਾਈਜੇਸ਼ਨ ਕਰਦੇ ਆ ਅਸੀਂ। ਜਦੋਂ ਪੇਸ਼ੈਂਟ ਆਉਂਦਾ ਆ ਵੀ ਮੇਕ ਸ਼ੋਰ ਕਿ ਉਹਨਾਂ ਨੇ ਮਾਸਕ ਲਾਇਆ ਆ, ਪਹਿਲਾਂ ਆਪਣੇ ਹੱਥ ਵਗੈਰਾ ਸਟਰਲਾਈਜ਼ ਕਰ ਰਹੇ ਨੇ ਉਹ। ਮੋਰਓਵਰ ਅਸੀਂ ਮਾਊਥ ਵਾਸ਼ ਦੇ ਨਾਲ ਫਸਟ ਆਫ ਆਲ ਉਹ ਵੀ ਇੱਕ ਵਾਰੀ ਤੁਸੀਂ ਕਹਿ ਲਓ ਕਿ ਓਰਲ ਹਾਈਜੀਨ ਕਰਕੇ ਵੀ ਇੱਕ ਵਾਰੀ ਉਹਨਾਂ ਦਾ ਕਹਿ ਲਓ ਤੁਸੀਂ ਕਿ ਓਰਲ ਕੈਵਿਟੀ ਸਟਰਲਾਈਜ਼ ਕਰੀਦੀ ਆ ਮਾਊਥ ਵਾਸ਼ ਦੇ ਨਾਲ, ਫਿਰ ਪੇਸ਼ੈਂਟ ਨੂੰ ਬਿਠਾ ਕੇ ਸਾਰਾ ਪ੍ਰੋਪਰ ਟ੍ਰੀਟਮੈਂਟ ਨਾਲੇ। ਅੱਜ ਕੱਲ੍ਹ ਅਸੀਂ ਕਿਤੇ ਕਹਿ ਲਓ ਤੁਸੀਂ ਕਿ ਕਲੀਨਿੰਗ ਥੋੜ੍ਹੀ ਜਿਹੀ ਵਿੱਚ ਘੱਟ ਵੀ ਕਰਦੇ ਹਾਂ, ਕਿਉਂਕਿ ਜਿਹੜਾ ਮੇਜਰ ਐਮਰਜੈਂਸੀਜ਼ ਹੈਗੀਆਂ ਨੇ, ਜਿਹੜਾ ਮੋਸਟ ਇੰਪੋਰਟੈਂਟ ਟ੍ਰੀਟਮੈਂਟ ਹੈਗਾ ਆ, ਅਸੀਂ ਉਸ ਫਸਟਲੀ ਤੁਸੀਂ ਕਹਿ ਲਓ ਕਿ ਫਸਟ ਪ੍ਰਾਇੋਰਿਟੀ ਨਾਲ ਉਹ ਦੇ ਰਹੇ ਨੇ ਪੇਸ਼ੈਂਟ ਨੂੰ ਜੀ। ਜਿਸ ਤਰ੍ਹਾਂ ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਵਾ, ਮੈਂ ਦਰਸ਼ਕਾਂ ਨੂੰ ਦੱਸਾਂ ਕਿ ਜਿਹੜਾ ਸਨਸ਼ਾਈਨ
डेंटल क्लीनिक जिहड़ा हैगा वा जस परिवार का हिस्सा बन चुके ने, ते तुसीं अक्सर इन्हां नूं देखिया करोगे साडे प्रोग्रामां दे विच, तां इन्हां दे कमर्शियल भी तुसीं देखोगे। तो तुहाडे कोल किसे भी तरीके की कोई भी स्पैशली मैं जिहड़े उत्थां दी लोकल कम्युनिटी हैगी आ उन्हां नूं कहना चाहवांगा कि जरूर इन्हां नूं कॉल करो, तो ये तुहानूं गाइडलाइनस देणगे। तो प्लीज़ यू आर सेफ, कि किसी चीज़ नूं आपां इग्नोर करदे आ, एक आपां घर ही ना ट्रीटमेंट करो। डॉक्टर्स हुंदे इसे लिए हैगे आ कि एडे वे क्लीनिक वे खोल के बैठे ने, ये तुहाडे वास्ते खोल के बैठे ने। अपॉइंटमेंट बनाओ, उत्थे जाओ, तुसीं जिथे अपना टाइम शॉपिंग वाल ज़्यादा कढ़दे हैगे आ उधर थोड़ा जिहा आ भी शॉपिंग ही है, एक यू आर बाइंग योर स्माइल। हाँ जी बिल्कुल, मैं मेक श्योर कर देना चाहूंगी कि इतने पेशेंट्स का बिल्कुल फैमिली मेंबर्स वांगू ही आप इतने ट्रीट करते हैं, सारी सेफ्टी का ध्यान रख के फिर ही आप सारे ट्रीटमेंट करते हैं एज अ फैमिली मेंबर्स उन्होंने सारे नु ट्रीट जी। ते एक होर मैनू चीज देखने को मिलती है, जिदा आप अक्सर कोई भी कितने भी अपॉइंटमेंट बनाने कुछ भी करते हैं ਤਾਂ ਉਸ ਦੇ ਵਿੱਚ ਤੁਸੀਂ ਆਪਣੇ ਜਿਹੜੇ ਲੋਕਲ ਕਮਿਊਨਿਟੀ ਨੂੰ ਮੇਨ ਮੈਸੇਜ ਹੁੰਦਾ ਆ ਕਿ ਵਰਲਡਵਾਈਡ ਦੇਖਦੇ ਨੇ ਉਹ, ਤਾਂ ਆਪਾਂ ਜਿਹੜਾ ਇੱਕ ਮੈਸੇਜ ਦੇਣਾ ਹੈਗਾ ਵਾ ਸੇਫਟੀ ਦਾ ਜਾਂ ਕੁਛ ਵੀ ਹੈਗਾ, ਵੀ ਕੈਨ ਸਪਰੈਡ ਆਲ ਓਵਰ, ਹੈ ਨਾ। ਪਰ ਜਿਹੜੀ ਲੋਕਲ ਜਿੱਥੋਂ ਤੁਹਾਨੂੰ ਕਲਾਇੰਟੇਜ ਆਉਣੇ ਹੈਗੇ ਨੇ, ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਐਜ਼ ਏ ਫਰੰਟ ਡੈਸਕ? ਐਜ਼ ਅ ਫਰੰਟ ਡੈਸਕ ਅਸੀਂ ਆਹੀ ਕਹਾਂਗੇ ਕਿ ਤੁਹਾਨੂੰ ਕੋਈ ਵੀ ਐਮਰਜੈਂਸੀ ਹੈ ਜਿੱਦਾਂ ਵੀ ਹੈਗਾ, ਤੁਸੀਂ ਘਬਰਾਓ ਨਾ ਕਿ ਪੈਂਡੇਮਿਕ ਚੱਲ ਰਿਹਾ ਆ, ਪਤਾ ਨਹੀਂ ਉੱਥੇ ਕਿੱਦਾਂ ਰੱਖਣਗੇ ਸਾਨੂੰ, ਜਾਂ ਪ੍ਰੋਪਰ ਕਹਿ ਲਓ ਕਿ ਤੁਸੀਂ ਡਿਸਟੈਂਸ ਮੇਨਟੇਨ ਕਰ ਰਹੇ ਆ। ਸੋ ਜਸਟ ਟੂ ਇਨਫੋਰਮ ਯੂ, ਅਸੀਂ ਪੂਰੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰ ਰਹੇ ਆ, ਪ੍ਰੋਪਰ ਧਿਆਨ ਰੱਖਿਆ ਜਾ ਰਿਹਾ, ਜਿੱਦਾਂ ਜੀ ਕਿ ਸੋਨਮ ਨੇ ਕਿਹਾ ਕਿ ਐਜ਼ ਅ ਫੈਮਿਲੀ ਮੈਂਬਰ ਅਸੀਂ ਟ੍ਰੀਟ ਕਰ ਰਹੇ ਆ, ਬਿਕੋਜ਼ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਕਿੰਨਾ ਜ਼ਿਆਦਾ ਅੱਜ ਕੱਲ੍ਹ ਸਟ੍ਰੈਸ ਆ ਸਾਰਿਆਂ ਨੂੰ ਆਹ ਚੀਜ਼ ਦਾ। ਅਪਾਰਟ ਫਰੋਮ ਕਹਿ ਲਓ ਕਿ ਤੁਸੀਂ ਮੈਂਟਲੀ ਵੀ ਲੋਕ ਬਹੁਤ ਜ਼ਿਆਦਾ ਡਿਪਰੈਸ ਹੋ ਗਏ ਨੇ ਕਿ ਕਿਤੇ ਬਾਹਰ ਨਹੀਂ ਜਾ ਸਕਦੇ ਨੇ, ਕਈਆਂ ਨੂੰ ਪ੍ਰੋਬਲਮ ਆ ਕਿ ਫਿਰ ਵੀ ਨਹੀਂ ਆ ਰਿਹਾ, ਬਟ ਤੁਹਾਨੂੰ ਵਰੀ ਕਰਨ ਦੀ ਲੋੜ ਨਹੀਂ ਆ, ਵੀ ਆਰ ਆਲਵੇਜ਼ ਹੇਅਰ ਟੂ ਹੈਲਪ ਯੂ। ਤੁਹਾਡੇ ਟਾਈਮ ਦੇ ਅਕੋਰਡਿੰਗਲੀ ਤੁਹਾਨੂੰ ਅਪਾਇੰਟਮੈਂਟ ਦਿੱਤੀ ਜਾਊਗੀ, ਜੇ ਤੁਸੀਂ ਮਾਰਨਿੰਗ ਪ੍ਰੈਫਰ ਕਰਦੇ ਹੋ, ਜੇ ਲੇਟ ਈਵਨਿੰਗ, ਜਿੱਦਾਂ ਵੀ ਹੈਗਾ ਆ, ਵੀ ਆਰ ਆਲਵੇਜ਼ ਹੇਅਰ ਟੂ ਹੈਲਪ ਯੂ। ਯਾ, ਇੱਕ ਹੋਰ ਗੱਲ ਹੈਗੀ ਆ ਕਿ ਜਿੱਦਾਂ ਆਪਾਂ ਦੇਖਦੇ ਹਾਂ ਕਿ ਕਈ ਵਾਰ ਕੀ ਹੁੰਦਾ ਵਾ, ਖਾਸ ਕਰਕੇ ਇਹਨਾਂ ਕੰਟਰੀਜ਼ ਦੇ ਵਿੱਚ, ਕਿ ਇੱਕ ਜਗ੍ਹਾ ਬਣ ਜਾਂਦੀ ਆ ਕਿ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਫੈਮਿਲੀ ਫੈਮਿਲੀ ਵਾਂਗੂ ਟ੍ਰੀਟ ਕਰਦੇ ਹਾਂ, ਤਾਂ ਉਹ ਕਈ ਪੇਸ਼ੈਂਟ ਹੈਗੇ ਨੇ ਉਹ ਇੱਕ ਜਗ੍ਹਾ 'ਤੇ ਫੈਮਿਲੀ ਵਾਂਗ ਉੱਥੇ ਜੁੜੇ ਹੁੰਦੇ ਨੇ, ਕਿ ਜਿੱਦਾਂ ਅਸੀਂ ਵੀ ਹਾਂ, ਸਾਡੇ ਜਦੋਂ ਦੇ ਇੱਥੋਂ ਹੈਗੇ ਹਾਂ ਸਾਡੇ ਫੈਮਿਲੀ ਡਾਕਟਰ ਸੇਮ ਹੀ ਨੇ, ਤਾਂ ਬਾਅਦ ਦੇ 'ਚ ਚਲੋ ਚੇਂਜ ਵੀ ਹੋ ਜਾਂਦੇ ਆ, ਜੇ ਤੁਹਾਨੂੰ ਕੋਈ ਹੋਰ ਪ੍ਰੋਬਲਮ ਆਉਂਦੀ ਹੈ ਸਪੈਸ਼ਲਿਸਟ ਕੋਲ ਜਾਣਾ ਪੈ ਜਾਂਦਾ ਵਾ, ਹੋਰ ਵੀ ਹੋ ਜਾਂਦੇ ਨੇ। ਪਰ ਕਈ ਵਾਰ ਕੀ ਹੁੰਦਾ ਆ ਕਿ ਉਹ ਇੱਕੋ ਜਗ੍ਹਾ 'ਤੇ ਜਿੱਥੇ ਗਏ ਹੁੰਦੇ ਨੇ, ਕਿਉਂਕਿ ਤੁਹਾਡੀ ਜਿੱਦਾਂ ਮਾਡਰਨ ਆ, ਲਾਈਕ ਐਡਵਾਂਸ ਤੁਹਾਡੇ ਕੋਲ ਟੈਕਨੋਲੋਜੀ ਹੈਗੀ ਆ, ਤਾਂ ਉਹ ਕੀ ਹੁੰਦਾ ਆ ਕਿ ਉਹ ਇੱਕ ਜਗ੍ਹਾ 'ਤੇ ਸਟੱਕ ਰਹਿੰਦੇ ਨੇ, ਉੱਥੇ ਕਈ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਲਾਈਕ ਜਿਹੜੀ ਮਾਡਰਨ ਜਾਂ ਐਡਵਾਂਸ ਚੀਜ਼ਾਂ ਨਹੀਂ ਹੁੰਦੀਆਂ ਨੇ, ਅਤੇ ਉਹ ਉਹਨਾਂ ਨੂੰ ਮੈਸੇਜ ਜ਼ਰੂਰ ਦਿਓ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਕਿ ਹਰ ਜਗ੍ਹਾ 'ਤੇ ਹਰ ਚੀਜ਼ ਨਹੀਂ ਹੁੰਦੀ ਅਵੇਲੇਬਲ, ਅਤੇ ਸਾਡੇ ਕੋਲ ਆਹ ਸਪੈਸ਼ਲਿਟੀ ਹੈਗੀ ਆ, ਜਿਸ ਦੀ ਲੋੜ ਹੈਗੀ ਆ ਤੁਹਾਨੂੰ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹਾਂਜੀ, ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਸਾਡੇ ਕੋਲ ਬਹੁਤ ਫੈਮਿਲੀਜ਼ ਨੇ ਜਿਹੜੀਆਂ ਸਿੰਸ 2014 ਤੋਂ ਸਾਡੇ ਨਾਲ ਜੁੜੀਆਂ ਨੇ, ਐਂਡ ਸਟਿਲ ਉਹ ਆਪਣੀਆਂ ਰੈਗੂਲਰ ਵਿਜ਼ਿਟਸ 'ਤੇ ਆ ਰਹੇ ਨੇ ਐਵਰੀ 4 months 6 months। ਨਵੀਆਂ ਫੈਮਿਲੀਜ਼ ਵੀ ਜੁੜ ਰਹੀਆਂ ਨੇ, ਮੋਸਟ ਆਫ ਦਾ ਜਿਹੜੀਆਂ ਪੁਰਾਣੀਆਂ ਫੈਮਿਲੀਜ਼ ਆ ਉਹ ਕਾਫੀ ਟਾਈਮ ਤੋਂ ਜੁੜੀਆਂ ਨੇ। ਸੋ ਸਾਰਿਆਂ ਨੂੰ ਹੀ ਅਗਰ ਕਿਸੇ ਨੂੰ ਐਮਰਜੈਂਸੀ ਜਿੱਦਾਂ ਪ੍ਰੋਬਲਮ ਆਉਂਦੀ ਆ ਸਾਡੇ ਕੋਲ, ਉਸ ਸਪੈਸ਼ਲਿਟੀ ਦਾ ਡਾਕਟਰ ਨਹੀਂ ਅਵੇਲੇਬਲ, ਤਾਂ ਅਸੀਂ ਔਨ ਕਾਲ ਵੀ ਡਾਕਟਰ ਬੁਲਾ ਲੈਂਦੇ ਹਾਂ। ਕੋਈ ਇੱਦਾਂ ਕਿਸੇ ਨੂੰ ਵਰੀ ਕਰਨ ਵਾਲੀ ਗੱਲ ਨਹੀਂ ਆ ਕਿ ਸਾਡਾ ਅੱਜ ਟ੍ਰੀਟਮੈਂਟ ਨਹੀਂ ਹੋਣਾ, ਅਸੀਂ ਡਾਕਟਰ ਸਾਡੇ ਕੋਲ ਸਾਰੇ ਅਵੇਲੇਬਲ ਹੁੰਦੇ ਆ ਔਨ ਕਾਲ ਵੀ। ਤੁਹਾਡੇ ਕੋਲ ਐਟ ਏ ਟਾਈਮ ਕਿੰਨੇ ਡਾਕਟਰਸ ਹੁੰਦੇ ਨੇ? ਸਾਡੇ ਕੋਲ ਮੋਰ ਦੈਨ 10 ਡਾਕਟਰਸ ਹੈਗੇ ਆ ਐਟ ਏ ਟਾਈਮ। ਸਾਡੇ ਕੋਲ 2 ਡਾਕਟਰ ਅੱਜ ਕੰਮ ਕਰ ਰਹੇ ਆ, ਹੁੰਦੇ ਹੀ ਨੇ ਮੋਸਟ ਕਲੀਨਿਕ ਚ। ਜੀ ਜੀ, 2 ਡਾਕਟਰਸ ਨੇ, 2 ਹਾਈਜੈਨਿਸਟ ਨੇ। ਸੋ ਯਾ, ਅਕੋਰਡਿੰਗ ਟੂ ਅਪਾਇੰਟਮੈਂਟਸ ਜੇ ਲੋਡ ਹੈਗੀ ਤਾਂ ਤੁਹਾਡੇ ਕੋਲ ਟੀਮ ਹੈਗੀ ਆ, ਯੂ ਕੈਨ ਅਰੇਂਜ, ਹੈ ਨਾ? ਹਾਂਜੀ ਜੀ। ਸੋ ਦਰਸ਼ਕੋ, ਜਿਸ ਤਰ੍ਹਾਂ ਆਪਾਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਇਹ ਜਿਹੜਾ ਕਲੀਨਿਕ ਹੈਗਾ ਵਾ ਸਨਸ਼ਾਈਨ ਡੈਂਟਲ, ਅਤੇ ਇਹਨਾਂ ਕੋਲ ਸਾਰੀਆਂ ਐਡਵਾਂਸ ਜਿੰਨੀਆਂ ਵੀ ਟੈਕਨੋਲੋਜੀਜ਼ ਹੈਗੀਆਂ ਨੇ
ਐਕਸਰੇ ਤੋਂ ਲੈ ਕੇ ਇੰਪਲਾਂਟ ਤੋਂ ਲੈ ਕੇ ਬ੍ਰੇਸਿਸ ਤੋਂ ਲੈ ਕੇ ਹੋਰ ਵੀ ਜਿੰਨੀਆਂ ਵੀ ਚੀਜ਼ਾਂ ਨੇ, ਕਿਉਂਕਿ ਆਪਾਂ ਗੱਲ ਅਕਸਰ ਹੁੰਦੀ ਆ ਕਿ ਇਕੱਲੀ ਉੱਥੇ ਤੱਕ ਰਹਿ ਜਾਂਦੀ ਆ ਕਿ ਮਸੂੜਿਆਂ ਤੱਕ ਜਾਂ ਯੂ ਨੋ ਕੈਵਿਟੀ ਤੱਕ ਐਂਡ ਆਲ ਦੈਟ ਕਲੀਨਿੰਗ ਤੱਕ, ਪਰ ਉਸ ਤੋਂ ਉੱਪਰ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਕਲੀਨਿਕ ਦੇ ਵਿੱਚ ਵੀ ਹੁੰਦੀਆਂ ਨੇ। ਤਾਂ ਉਸ ਚੀਜ਼ ਉਸ ਲੈਵਲ ਦੇ ਉੱਪਰ ਜੇ ਤੁਸੀਂ ਆਪਣਾ ਟ੍ਰੀਟਮੈਂਟ ਚਾਹੁੰਦੇ ਹੋ ਤਾਂ ਆਹ ਕਲੀਨਿਕ ਤੁਹਾਡੇ ਵਾਸਤੇ ਬਹੁਤ ਬਿਹਤਰ ਹੈ। ਅਤੇ ਆਪਣਾ ਸੋਨਮ ਜੀ ਅਤੇ ਸੋਰੀ ਜੀ, ਅਤੇ ਇੱਕ ਹੋਰ ਮੈਂ ਮੇਰੇ ਕੋਲ ਇੱਕ ਕੁਸ਼ਚਨ ਹੈਗਾ ਸੀਗਾ ਕਿ ਜੇ ਮੰਨ ਲਓ ਕਿ ਜਿੱਦਾਂ ਆਪਾਂ ਐਮਰਜੈਂਸੀ ਸਰਵਿਸਿਸ ਦੀ ਗੱਲ ਕਰਦੇ ਹਾਂ ਕਿ ਐਮਰਜੈਂਸੀ ਵੀ ਆ ਸਕਦੇ ਨੇ, ਵਟ ਅਬਾਊਟ ਕੀ ਆਫਟਰ ਆਵਰ, ਤੁਹਾਡੇ ਜਿਹੜੇ ਆਵਰ ਨੇ ਬਿਜ਼ਨਸ ਆਵਰਸ ਨੇ ਉਸ ਤੋਂ ਬਾਅਦ ਦੀ ਕੋਈ ਐਮਰਜੈਂਸੀ ਹੋਵੇ ਉਹਦੇ ਵਾਸਤੇ ਕੀ ਹੈਗਾ ਆ? ਅਸੀਂ ਟਰਾਈ ਕਰਦੇ ਨੇ ਕਿ ਅਸੀਂ ਜਿੰਨਾ ਅਕੋਮੋਡੇਟ ਕਰ ਸਕੀਏ ਅਸੀਂ ਕਰ ਲਈਦਾ ਆ ਪੇਸ਼ੈਂਟਸ ਨੂੰ, ਇਨ ਕੇਸ ਜੇ ਆਫਟਰ ਆਵਰਸ ਕੋਈ ਐਮਰਜੈਂਸੀ ਪੈ ਜਾਂਦੀ ਆ ਸੋ ਦੇ ਕੈਨ ਆਲਵੇਜ਼ ਲੀਵ ਅਸ ਅ ਮੈਸੇਜ, ਵੀ ਟਰਾਈ ਟੂ ਅਰੇਂਜ ਸਮਥਿੰਗ ਕਿ ਡਾਕਟਰ ਸਾਡੇ ਜਿੱਦਾਂ ਜੇ ਲੋਕੈਲਿਟੀ 'ਚ ਹੈਗੇ ਆ ਅਵੇਲੇਬਲ ਹੈਗੇ ਆ ਏਰੀਆ 'ਚ ਤੋ ਦੇ ਯੂਜਲੀ ਕਮ ਐਂਡ ਸੀ ਦਾ ਪੇਸ਼ੈਂਟ ਔਰ ਦੇ ਕੈਨ ਆਲਵੇਜ਼ ਕਾਲ ਦਾ ਐਮਰਜੈਂਸੀ, ਉਹ ਤਾਂ ਆਪਸ਼ਨ ਆਪਣੇ ਕੋਲ ਆਲਵੇਜ਼। ਹਾਂਜੀ ਹਾਂਜੀ, ਕਿਉਂਕਿ ਆਪਾਂ ਉਹ ਦੇਖਦੇ ਹੁੰਦੇ ਹਾਂ, ਕਿਉਂਕਿ ਇੱਕ ਇੱਕ ਕੁਸ਼ਚਨ ਹੁੰਦਾ ਜਦੋਂ ਆਪਾਂ ਗੱਲ ਕਰ ਦਿੰਦੇ ਹਾਂ ਕਿ ਐਮਰਜੈਂਸੀ ਦੈਟ ਮੀਨਸ 24, ਬਟ ਉਹ ਕੋਈ ਵੀ ਫਿਜੀਸ਼ੀਅਨਸ ਨੇ ਕੋਈ ਵੀ ਡਾਕਟਰ ਆਫਿਸ ਹੈਗੇ ਨੇ ਉਹਨਾਂ ਦੇ ਆਵਰਸ ਹੁੰਦੇ ਨੇ ਓਪਨ ਟੂ ਕਲੋਜ਼, ਜਿੰਨਾ ਵੀ ਹੈਗੇ ਨੇ ਉਹਦੇ ਅੰਦਰ ਕੋਈ ਐਮਰਜੈਂਸੀ ਹੈਗੀ ਆ ਤੁਸੀਂ ਹਮੇਸ਼ਾ ਜਾ ਸਕਦੇ ਹੋ, ਉਸ ਤੋਂ ਬਾਅਦ ਦੇ ਵਿੱਚ ਆ ਤਾਂ 911 ਤਾਂ ਐਮਰਜੈਂਸੀ ਤੁਸੀਂ ਹੋਸਪਿਟਲ ਜਾ ਸਕਦੇ ਆ। ਅਤੇ ਉਹ ਕਿਉਂਕਿ ਆਪਾਂ ਵੀ ਜਦੋਂ ਇਫ ਯੂ ਹੈਵ ਐਮਰਜੈਂਸੀ ਕਾਲ 911 ਅਤੇ ਜੇ ਅਪੁਆਇੰਟਮੈਂਟ ਬਣਾਉਣੀ ਆ ਤਾਂ ਬਣਾ ਲਓ, ਉਹ ਮੈਸੇਜ ਹਮੇਸ਼ਾ ਹੁੰਦਾ ਵਾ ਹਰ ਕਲੀਨਿਕ ਦੇ ਵਿੱਚ ਹਰ ਡਾਕਟਰ ਆਫਿਸ ਦੇ ਵਿੱਚ। ਤਾਂ ਉਸੇ ਚੀਜ਼ ਨੂੰ ਹੀ ਹਰ ਕੋਈ ਲਾਈਕ ਇੱਕ ਰੂਲ ਹੁੰਦਾ ਆ ਇੱਕ ਫੋਲੋ, ਕਿਉਂਕਿ ਮੈਂ ਇਸ ਚੀਜ਼ ਨੂੰ ਤਾਂ ਕਲੀਅਰ ਕਰ ਰਿਹਾ ਕਿ ਆਪਾਂ ਜਦੋਂ ਐਮਰਜੈਂਸੀ ਦੀ ਗੱਲ ਕਰਦੇ ਨੇ ਨਾ ਦੈਟ ਮੀਨਸ 24 ਆਵਰ, ਪਰ ਐਮਰਜੈਂਸੀ ਸਰਵਿਸ ਹੈਗੀ ਆ ਕਲੀਨਿਕ ਦੇ ਵਿੱਚ ਵਰਕਿੰਗ ਆਵਰ ਦੇ ਵਿੱਚ, ਪਰ ਉਹਦੇ ਬਾਅਦ 'ਚ ਵੀ ਜੇ ਤੁਹਾਨੂੰ ਲੋੜ ਹੈਗੀ ਆ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਆ ਅਤੇ ਜਿੱਥੋਂ ਤੱਕ ਵੀ ਹੋ ਸਕਿਆ ਤੁਹਾਡੀ ਹੈਲਪ ਜ਼ਰੂਰ ਕਰਨਗੇ। ਅਤੇ ਇੱਕ ਹੋਰ ਗੱਲ ਸੀਗੀ ਕਿ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਬੱਚਿਆਂ ਦੀ, ਹੈ ਨਾ, ਬ੍ਰੇਸਿਸ ਦੀ ਗੱਲ ਕਰਦੇ ਹਾਂ, ਬੜਾ ਪੋਪੂਲਰ ਹੈ ਅੱਜ ਕੱਲ੍ਹ ਬ੍ਰੇਸਿਸ ਦਾ, ਅਤੇ ਬ੍ਰੇਸਿਸ ਬਾਰੇ ਜ਼ਰੂਰ ਦੱਸੋ ਕਿਉਂਕਿ ਅੱਜ ਕੱਲ੍ਹ ਜਿਹੜੇ ਯੂਥ ਨੇ, ਮੇਰੀ ਡਾਟਰ ਵੀ ਆ ਉਹਨੂੰ ਵੀ ਚਾਹੀਦੇ ਨੇ ਹੁਣ ਬ੍ਰੇਸਿਸ, ਤਾਂ ਉਹ ਬ੍ਰੇਸਿਸ ਦੀ ਕੀ ਇੰਪੋਰਟੈਂਸ ਹੈਗੀ ਆ? ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਬੱਚੇ ਆਪਣੇ ਪੇਰੈਂਟਸ ਨੂੰ ਕਹਿੰਦੇ ਨੇ ਸਾਨੂੰ ਬ੍ਰੇਸਿਸ ਚਾਹੀਦੇ ਨੇ ਤਾਂ ਉਹ ਕਹਿੰਦਾ ਦਿਸ ਇਜ਼ ਅ ਫੈਸ਼ਨ, ਉਹ ਫੈਸ਼ਨ ਵਾਸਤੇ ਬੱਚੇ ਨੇ ਲਾਇਆ ਦੂਜੇ ਨੇ ਲਾਇਆ, ਉਹਦੀ ਕੀ ਇੰਪੋਰਟੈਂਸ ਕੀ ਹੈਗੀ ਉਹਦੀ? ਇੱਥੇ ਕੈਨੇਡਾ ਦੇ ਵਿੱਚ ਤਾਂ ਵੈਸੇ ਆਪਾਂ ਕਹਿ ਲਈਏ ਕਿ ਫੈਸ਼ਨ ਤਾਂ ਹੈ ਹੀ ਆ ਬ੍ਰੇਸਿਸ ਦਾ, ਬਟ ਇੱਥੇ ਪ੍ਰੋਬਲਮ ਵੀ ਬਹੁਤ ਆ ਆਫ ਬ੍ਰੇਸਿਸ ਦੀ ਨਾ, ਐਵਰੀ ਸੈਕਿੰਡ ਚਾਈਲਡ ਨੂੰ ਆਪਾਂ ਬ੍ਰੇਸਿਸ ਰੈਕਮੈਂਡ ਕਰਦੇ ਹਾਂ। ਬ੍ਰੇਸਿਸ ਦਾ ਇੱਕ ਸਮਾਈਲ ਦੇ ਨਾਲ ਬੇਸਿਕਲੀ ਆਪਣੀ ਓਰਲ ਹਾਈਜੀਨ ਵੀ ਆਪਣੀ ਬੈਟਰ ਹੋ ਜਾਂਦੀ ਹੈ, ਜਦੋਂ ਸਾਰੇ ਦੰਦ ਵੈਲ ਅਲਾਈਨਡ ਹੋ ਗਏ, ਇੱਕ ਪ੍ਰੋਪਰ ਪੋਜੀਸ਼ਨ 'ਚ ਆ ਗਏ, ਸਾਨੂੰ ਕਲੀਨਿੰਗ ਸੌਖੀ ਆ, ਆਪਾਂ ਇੱਦਾਂ ਹੀ ਗੱਲਬਾਤ ਜਾਰੀ ਰੱਖਾਂਗੇ। ਤਾਂ ਵੇਲਾ ਫਿਰ ਬ੍ਰੇਕ ਦਾ ਹੋ ਚੱਲਿਆ, ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ। ਦਰਸ਼ਕੋ ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ, ਲੈਂਦੇ ਹਾਂ ਇੱਕ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ। ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ। ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤੁਹਾਡਾ ਕੋਈ ਵੀ ਬਿਜ਼ਨਸ ਹੈਗਾ ਵਾ, ਕਿਸੇ ਤਰ੍ਹਾਂ ਦਾ ਵੀ ਈਵੈਂਟ ਹੈਗਾ ਵਾ, ਤੁਹਾਡੇ ਅੰਦਰ ਕੋਈ ਵੀ ਟੈਲੈਂਟ ਹੈਗਾ ਵਾ,
ਈਵਨ ਤੁਸੀਂ ਜੇ ਮਾਰਕੀਟਿੰਗ ਫੀਲਡ ਦੇ ਵਿੱਚ ਵੀ ਇੰਟਰਸਟ ਰੱਖਦੇ ਆ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਵੀ ਜੇ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਿਖੇ ਨੰਬਰ ਦੇ ਉੱਪਰ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਸਾਡੇ ਨਾਲ ਦਰਸ਼ਕੋ ਜਿਹੜੇ ਅੱਜ ਸਾਡੇ ਮਹਿਮਾਨ ਜੁੜੇ ਨੇ ਸਾਡਾ ਜਸ ਪਰਿਵਾਰ ਦਾ ਇੱਕ ਹਿੱਸਾ ਬਣੇ ਨੇ ਸਨਸ਼ਾਈਨ ਡੈਂਟਲ ਕਲੀਨਿਕ ਬ੍ਰੈਂਪਟਨ ਕੈਨੇਡਾ ਤੋਂ। ਸਵਾਗਤ ਹੈ ਇੱਕ ਵਾਰ ਫਿਰ ਡਾਕਟਰ ਸ਼ਿਲਪਾ, ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਨੇ ਕਿਰਨ ਬਾਠ, ਮਨਪ੍ਰੀਤ ਜੀ ਤੇ ਹੈਪੀ ਸਮਾਈਲ। ਤੋ ਕਿਰਨ ਬਾਠ ਹੁਣਾਂ ਦਾ ਮੈਂ ਵੈਲਕਮ ਕਰਾਂਗਾ ਦੁਬਾਰਾ, ਕਿਉਂਕਿ ਮੈਂ ਵੀ ਬਾਠ ਹਾਂ, ਨਿਕ ਬਾਠ ਫੈਮਿਲੀ। ਹਾਂਜੀ, ਸੋ ਆਪਾਂ ਗੱਲ ਕਰ ਰਹੇ ਸੀਗੇ ਡਾਕਟਰ ਸ਼ਿਲਪਾ ਬ੍ਰੇਸਿਸ ਬਾਰੇ ਕਿ ਤੇ ਉਸ ਬ੍ਰੇਸਿਸ ਦਾ ਜਿੱਦਾਂ ਕਿ ਕਈ ਕਹਿ ਦਿੰਦੇ ਆ ਲਾਈਕ ਇਸ ਬੱਚਿਆਂ ਨੂੰ ਖਾਸ ਕਰਕੇ ਲੋੜ ਵੀ ਉਦੋਂ ਹੀ ਹੁੰਦੀ ਆ ਲਾਈਕ ਜਦੋਂ ਟੀਨਏਜਰਸ ਤੋਂ ਸ਼ੁਰੂਆਤ ਹੁੰਦੀ ਆ ਬ੍ਰੇਸਿਸ ਦੀ, ਬੜੀ ਪੋਪੂਲਰ ਚੀਜ਼ ਹੈ ਇਸ ਟਾਈਮ ਦੇ ਉੱਪਰ ਤੇ ਉਹਦੀ ਲੋੜ ਵੀ ਹੈਗੀ ਆ ਜੀ। ਤੇ ਉਹ ਤੁਸੀਂ ਦੱਸੋ ਕਿ ਬ੍ਰੇਸਿਸ ਐਕਸਪੈਂਸਿਵ ਹੁੰਦੇ ਨੇ, ਕਿੱਦਾਂ ਦੇ ਤੁਸੀਂ ਉਹਨੂੰ ਵੱਖਰੇ ਵੱਖਰੇ ਤਰੀਕੇ ਦੇ ਬ੍ਰੇਸਿਸ ਹੁੰਦੇ ਨੇ ਤਾਂ ਉਸ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ। ਜਿਹੜੇ ਟੀਨੇਜ ਜਦੋਂ ਬੱਚਾ 12 ਸਾਲ ਤੋਂ 13 ਸਾਲ ਦੇ ਵਿੱਚ ਆਉਂਦਾ ਹੈ ਉਦੋਂ ਉਹਦੇ ਸਾਰੇ ਜਿਹੜੇ ਮਿਲਕ ਟੀਥ ਹੁੰਦੇ, ਬੇਬੀ ਟੀਥ ਹੁੰਦੇ, ਝੜ ਚੁੱਕੇ ਹੁੰਦੇ ਤੇ ਸਾਰੇ ਪਰਮਾਨੈਂਟ ਟੀਥ ਜਿਹੜੇ ਹੁੰਦੇ ਉਹ ਆ ਚੁੱਕੇ ਹੁੰਦੇ ਆ। ਉਸ ਟਾਈਮ ਤੋਂ ਜਿਹੜਾ ਹੁੰਦਾ ਉਹ ਟਾਈਮ ਬੈਸਟ ਟਾਈਮ ਹੁੰਦਾ ਬ੍ਰੇਸਿਸ ਲਵਾਉਣ ਲਈ, ਕਿਉਂਕਿ ਇੱਕ ਬੱਚਿਆਂ ਦੀ ਜਿਹੜੀ ਹੱਡੀ ਹੁੰਦੀ ਆ ਉਹ ਸੋਫਟ ਹੁੰਦੀ ਹੈ ਅਡਲਟ ਦੀ ਹੱਡੀ ਨਾਲ ਤੇ ਜਿਹੜੇ ਦੰਦ ਹੈ ਈਜ਼ੀਲੀ ਮੂਵ ਕਰ ਸਕਦੇ ਹਾਂ ਆਪਾਂ। ਉਸ ਟਾਈਮ ਤੇ ਬ੍ਰੇਸਿਸ ਯੂਜੁਅਲੀ ਆਪਾਂ 13-14 ਸਾਲ ਦੀ ਉਮਰ 'ਚ ਲਗਾ ਦਿੰਦੇ ਹਾਂ। ਵਾਇਰਿੰਗ ਵਾਲੇ ਜਿਹੜੇ ਬ੍ਰੇਸਿਸ ਹੁੰਦੇ ਆ, ਸਿਲਵਰ ਬ੍ਰੇਸਿਸ, ਉਹੀ ਮੋਸਟ ਕਾਮਨ ਬ੍ਰੇਸਿਸ ਹੁੰਦੇ ਆ, ਉਹਦੇ ਨਾਲ ਹੀ ਬੈਸਟ ਰਿਜ਼ਲਟਸ ਅਚੀਵ ਹੁੰਦੇ ਆ। ਇਨਵਿਜ਼ੀਲਾਈਨ ਵੀ ਹੈਗੇ ਆ, ਉਹ ਥੋੜ੍ਹੀ ਬਹੁਤ ਮਾਈਨਰ ਜਿਹੜੇ ਚੇਂਜਿਸ ਕਰਨ ਵਾਸਤੇ ਉਹ ਵਧੀਆ ਹੈਗੇ ਨੇ, ਬਟ ਜਿਹੜੇ ਅੱਜ ਤੋਂ ਪਹਿਲਾਂ ਤੋਂ ਚੱਲੇ ਆ ਰਹੇ ਨੇ ਜਿਹੜੇ ਵਾਇਰ ਵਾਲੇ ਬ੍ਰੇਸਿਸ ਹੈ ਉਹਨਾਂ ਦਾ ਰਿਜ਼ਲਟ ਸਭ ਤੋਂ ਜ਼ਿਆਦਾ ਪ੍ਰੈਡਿਕਟੇਬਲ ਹੁੰਦਾ ਹੈ। 2-3 ਸਾਲ ਦਾ ਟ੍ਰੀਟਮੈਂਟ ਡਿਪੈਂਡ ਕਰਦੇ ਆ ਕਿ ਕਿੰਨਾ ਉਹਨਾਂ ਨੂੰ ਲੋੜ ਹੈਗੀ ਆ ਬਾਈਟ ਦੀ ਕਰੈਕਸ਼ਨ ਦੀ, ਕਿੰਨੇ ਉਹਨਾਂ ਨੂੰ ਅਲਾਈਨ ਕਰਨ ਦੀ ਲੋੜ ਹੈਗੀ ਹੈ। 2-3 ਸਾਲ ਦਾ ਟ੍ਰੀਟਮੈਂਟ ਹੋ ਸਕਦਾ ਹੈ। ਆਈ ਨੋ ਐਕਸਪੈਂਸਿਵ ਹੁੰਦੇ ਆ, ਬਟ ਉਹ ਸਾਰਾ ਉਹ ਜਿਹੜੀ ਤੁਸੀਂ ਪੇਮੈਂਟ ਕਰਨੀ ਹੈ ਸਾਰੀ ਇੱਕ ਵਾਰ 'ਚ ਨਹੀਂ ਕਰਨੀ ਹੁੰਦੀ, 2-3 ਸਾਲਾਂ ਦੇ ਵਿੱਚ ਤੁਸੀਂ ਕਰਨੀ ਹੈ। ਐਵਰੀ ਅਪੁਆਇੰਟਮੈਂਟ, ਐਵਰੀ ਮੰਥਲੀ ਅਪੁਆਇੰਟਮੈਂਟ 'ਤੇ ਕੁਛ ਕੁਛ ਥੋੜ੍ਹਾ ਥੋੜ੍ਹਾ ਤੁਸੀਂ ਦੇਣਾ ਹੁੰਦਾ ਹੈ, ਸਾਰਾ ਇੱਕ ਟਾਈਮ 'ਤੇ ਨਹੀਂ ਦੇਣਾ ਹੁੰਦਾ। ਸੋ ਮੈਨੂੰ ਇੱਦਾਂ ਲੱਗਦਾ, ਮੇਰਾ ਪਰਸਨਲ ਇਹ ਓਪੀਨੀਅਨ ਹੈਗਾ ਕਿ ਇਹ ਵਰਥ ਹੈਗਾ, ਕਿ ਇਨਵੈਸਟਮੈਂਟ ਡੈਫੀਨੇਟਲੀ ਹੈ ਬਟ ਲਾਈਫ ਲੌਂਗ ਰਿਜ਼ਲਟਸ ਨੇ ਜੀ। ਸੋ ਕਿਰਨ ਬਾਠ ਹੁਣਾਂ ਨਾਲ ਆਪਾਂ ਗੱਲ ਕਰਾਂਗੇ। ਕਿਰਨ ਬਾਠ, ਤੁਹਾਡਾ ਕੀ ਰੋਲ ਹੈਗਾ ਵਾ ਇਸ ਕਲੀਨਿਕ ਦੇ ਵਿੱਚ? ਹਾਂਜੀ, ਸੋ ਮੇਰਾ ਰੋਲ ਹੈਗਾ ਕਿ ਮੈਂ ਪੇਸ਼ੈਂਟਸ ਦਾ ਟ੍ਰੀਟਮੈਂਟ ਪਲਾਨ ਫੋਲੋ ਕਰਦੀ ਹਾਂ, ਉਹਨਾਂ ਨੂੰ ਕਾਲ ਕਰਦੀ ਹਾਂ ਤਾਂ ਕਿ ਉਹਨਾਂ ਨੂੰ ਅਪਾਇੰਟਮੈਂਟਸ ਦਾ ਰੀਮਾਈਂਡਰ ਜਾਵੇ ਆਪਣੀ ਅਪਾਇੰਟਮੈਂਟਸ ਤੇ ਰੈਗੂਲਰ ਔਨ। ਸੋ ਉਹਨਾਂ ਦੇ ਉਹਨਾਂ ਨੂੰ ਈਮੇਲਸ ਕੀਤੀਆਂ ਜਾਂਦੀਆਂ, ਟੈਕਸਟ ਮੈਸੇਜਸ ਕੀਤੇ ਜਾਂਦੇ ਆ, ਉਹਨਾਂ ਨੂੰ ਫੋਨ ਕਾਲਸ ਕੀਤੀਆਂ ਜਾਂਦੀਆਂ ਤਾਂ ਕਿ ਆਪਣਾ ਟਾਈਮ ਤੇ ਆ ਕੇ ਆਪਣਾ ਟ੍ਰੀਟਮੈਂਟ ਕੰਪਲੀਟ ਕਰਾਉਣ। ਫੋਰ ਐਗਜ਼ਾਮਪਲ, ਜਿਵੇਂ ਫੀਲਿੰਗਸ ਲਈ ਆਉਂਦੇ ਆ ਪੇਸ਼ੈਂਟਸ, ਜਾਂ ਉਹਨਾਂ ਨੂੰ ਡਾਕਟਰ ਐਡਵਾਈਜ਼ ਕਰਦੇ ਕਿ ਉਹਨਾਂ ਦੀਆਂ ਫੀਲਿੰਗਸ ਹੈਗੀਆਂ, ਜੇ ਉਹ ਟਾਈਮ 'ਤੇ ਆਉਣਗੇ ਉਹਨਾਂ ਦਾ ਟ੍ਰੀਟਮੈਂਟ ਡਨ ਹੋ ਜੂਗਾ, ਜੇ ਉਹ ਟਾਈਮ 'ਤੇ ਨਹੀਂ ਆਉਣਗੇ ਉਹ ਟ੍ਰੀਟਮੈਂਟ ਕੀ ਆ ਅੱਗੇ ਫਰਦਰ ਕੰਪਲੀਕੇਸ਼ਨਸ ਹੋਣਗੀਆਂ ਐਂਡ ਉਹਦੀ ਕੋਸਟ ਵੀ ਜ਼ਿਆਦਾ ਹੋਊਗੀ। ਸੋ ਬੇਸਿਕਲੀ ਜੋ ਮੇਰਾ ਕੰਮ ਹੈਗਾ, ਪੇਸ਼ੈਂਟਸ ਨੂੰ ਰੀਮਾਈਂਡਰ ਦੇਣਾ, ਉਹਨਾਂ ਦਾ ਟ੍ਰੀਟਮੈਂਟ ਪਲਾਨ ਫੋਲੋ ਕਰਨਾ, ਉਹਨਾਂ ਨੂੰ ਕਾਲ ਕਰਕੇ ਉਹਨਾਂ ਦੀਆਂ ਅਪਾਇੰਟਮੈਂਟਸ ਲਈ ਉਹਨਾਂ ਨੂੰ ਰੈਗੂਲਰ ਬੁਲਾਉਣਾ। ਮਨਪ੍ਰੀਤ ਜੀ, ਤੁਹਾਡਾ ਕੀ ਰੋਲ ਹੈਗਾ ਵਾ ਇਸ ਕਲੀਨਿਕ ਦੇ ਵਿੱਚ? ਹਾਂਜੀ, ਮੈਂ ਪਿੱਛੇ ਡਾਕਟਰਸ ਦੀ ਹੈਲਪ ਕਰਵਾਉਣੀ ਆ, ਪੇਸ਼ੈਂਟਸ ਨੂੰ ਸੀਟ ਕਰਵਾਉਣ ਤੋਂ ਲੈ ਕੇ ਟ੍ਰੀਟਮੈਂਟ ਦੇ ਐਂਡ ਤੱਕ ਆਪਾਂ ਡਾਕਟਰਸ ਦੀ ਹੈਲਪ ਕਰੀਦੀ। ਪੇਸ਼ੈਂਟਸ ਨੂੰ ਆਪਾਂ, ਅਗਰ ਕੋਈ ਐਂਸ਼ੀਅਸ ਹੈ ਪੇਸ਼ੈਂਟ, ਉਹਨਾਂ ਨੂੰ ਆਪਾਂ ਫੀਲ ਕਰਵਾਉਂਦੇ ਹਾਂ, ਫੀਲ ਲਾਈਕ ਕਿ ਉਹ ਨਰਵਸ ਨਾ ਹੋਣ ਤੇ ਈਜ਼ੀਲੀ ਗੋ ਥਰੂ ਹੋ ਜਾਣ ਟ੍ਰੀਟਮੈਂਟ ਦੇ। ਤੇ ਆਈ ਐਮ ਰੀਅਲੀ ਬਲੈਸਡ ਕਿ ਮੈਂ ਸਨਸ਼ਾਈਨ ਟੀਮ ਦੀ ਇੱਕ ਮੈਂਬਰ ਹਾਂ, ਇਟਸ ਬੀਨ ਲੌਂਗ ਕਿ ਮੈਂ ਇਹਨਾਂ ਨਾਲ ਕੰਮ ਕਰ ਰਹੀ ਹਾਂ ਇੱਥੇ, ਤੇ ਮੈਂ ਸਾਰਿਆਂ ਨੂੰ ਰੈਫਰ ਕਰਾਂਗੀ ਔਰ ਐਡਵਾਈਜ਼ ਕਰਾਂਗੀ ਕਿ ਸਾਡੇ ਕਲੀਨਿਕ ਤੇ ਆ ਕੇ ਟ੍ਰੀਟਮੈਂਟ ਕਰਾਉਣ ਜੀ। ਹੈਪੀ ਸਮਾਈਲ, ਤੁਹਾਡਾ ਕੀ ਐਕਸਪੀਰੀਅੰਸ ਹੈ ਇਸ ਟੀਮ ਦੇ ਵਿੱਚ? ਇਸ ਟੀਮ ਦੇ
ਟਨ ਮਿਸਿੰਗ ਸੀਗਾ ਆਈ ਡੋਨਟ ਥਿੰਕ ਸੋ ਕਿ ਕੋਈ ਵੀ ਮੇਕਅਪ ਕਰ ਸਕਦਾ ਮੇਰੀ ਸਮਾਈਲ ਤੋਂ ਕਿ ਕਿਹੜਾ ਫੇਕ ਟੂਥ ਆ ਬਹੁਤ ਜ਼ਿਆਦਾ ਕੌਨਸ਼ੀਅਸ ਸੀਗੀ ਅਤੇ ਮੈਂ ਇੱਥੋਂ ਸਾਰਾ ਆਪਣਾ ਟ੍ਰੀਟਮੈਂਟ ਡਨ ਕਰਵਾਇਆ ਅਤੇ ਮੈਂ ਕਾਫੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਕੌਨਫੀਡੈਂਟ ਹਾਂ ਅਤੇ ਮੈਂ ਖੁੱਲ੍ਹ ਕੇ ਸਮਾਈਲ ਕਰ ਸਕਦੀ ਹਾਂ ਅਤੇ ਮੈਂ ਨੋਟਿਸ ਕੀਤਾ ਕਿ ਇੱਥੇ ਡੈਂਟਲ ਆਫਿਸ 'ਚ ਹਰ ਤਰ੍ਹਾਂ ਦਾ ਸਰਜਰੀਜ਼ ਤੋਂ ਲੈ ਕੇ ਸਾਰਾ ਕੁਛ ਕਰ ਦਿੰਦੇ ਆ ਮੇਰਾ ਟ੍ਰੀਟਮੈਂਟ ਡਾਕਟਰ ਸੁਨੀਲ ਨੇ ਕੀਤਾ ਸੀ ਅਤੇ ਮੈਨੂੰ ਪਹਿਲਾਂ ਰੈਫਰੈਂਸ ਮਿਲੀ ਸੀ ਕਿਸੇ ਸਰਜਨ ਕੋਲ ਬਟ ਸਰਜਨ ਦਾ ਪ੍ਰਾਈਸਿਸ ਬਹੁਤ ਜ਼ਿਆਦਾ ਸੀਗੀਆਂ ਅਤੇ ਬਟ ਮੇਰਾ ਇੱਥੇ ਲੈਸ ਪ੍ਰਾਈਸ 'ਚ ਬਹੁਤ ਅੱਛਾ ਕੰਮ ਕੀਤਾ ਹੈ ਜੀ ਟੀਮ ਨਾਲ ਮੈਂ ਇੱਕ ਗੱਲ ਸ਼ੇਅਰ ਕਰੂੰਗਾ ਕਿਉਂਕਿ ਉਹ ਗੱਲ ਜਿਹੜੀ ਹੈਗੀ ਆ ਜਿਸ ਤਰ੍ਹਾਂ ਤੁਸੀਂ ਕਹਿੰਦੇ ਆ ਨਾ ਕਿ ਉਹ ਕੋਈ ਟ੍ਰੀਟਮੈਂਟ ਹੁੰਦਾ ਵਾ ਉਹਨੂੰ ਤੁਸੀਂ ਡਿਲੇ ਕਰ ਦਿੰਦੇ ਆ ਅਤੇ ਉਹ ਜ਼ਿਆਦਾ ਹੋ ਜਾਂਦਾ ਵਾ ਅਤੇ ਮੇਰਾ ਵੀ ਇੱਕ ਐਕਸਪੀਰੀਅੰਸ ਰਿਹਾ ਵਾ ਮੈਂ ਰੂਟ ਕਨਾਲ ਮੇਰਾ ਇੱਕ ਸੀਗਾ ਅਤੇ ਉਹ ਰੂਟ ਕਨਾਲ ਦਾ ਉਹਨਾਂ ਨੇ ਬੇਸ ਕਰਤਾ ਸਾਰਾ ਕੁਛ ਤਾਂ ਉਸ ਦੇ ਵਿੱਚ ਮੈਨੂੰ ਕੋਈ ਹੋਰ ਕੰਪਲੀਕੇਸ਼ਨ ਆ ਗਈ ਤਾਂ ਦੂਜੇ ਟ੍ਰੀਟਮੈਂਟ ਦੇ ਵਿੱਚ ਮੈਂ ਬਿਜ਼ੀ ਹੋ ਗਿਆ ਹੈ ਨਾ ਤਾਂ ਉਹ ਫਿਰ ਮੇਰਾ ਲਾਈਕ ਮੈਨੂੰ ਉਹ ਲੂਜ਼ ਕਰਨਾ ਪਿਆ ਟੀਥ ਕਿਉਂਕਿ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਉਹ ਜਿਹੜੇ ਜਦੋਂ ਆਪਾਂ ਖਾਸ ਕਰਕੇ ਜਿਹੜੀਆਂ ਜਿੱਦਾਂ ਆਪਾਂ ਘਰ ਦੀ ਆਪਾਂ ਨੀਂਹ ਬਣਾ ਕੇ ਛੱਡ ਦਿੰਦੇ ਹਾਂ ਤਾਂ ਉਹ ਨੀਂਹ ਵੀ ਹੋ ਜਾਂਦੀ ਆ ਥੋੜ੍ਹੀ ਜਿਹੀ ਜਿੱਦਾਂ ਆਪਾਂ ਬੇਸ ਕਹਿ ਦਿੰਦੇ ਹਾਂ ਤਾਂ ਫਾਊਂਡੇਸ਼ਨ ਕਹਿ ਦਿੰਦੇ ਹਾਂ ਸੋ ਇਹ ਜਦੋਂ ਆਪਾਂ ਟੀਥ ਦਾ ਕੋਈ ਵੀ ਕੰਮ ਸ਼ੁਰੂਆਤ ਕਰਦੇ ਹਾਂ ਫਾਊਂਡੇਸ਼ਨ ਹੈਗੀ ਉਹਨੂੰ ਫਾਊਂਡੇਸ਼ਨ ਦੇ ਉੱਪਰ ਵਰਕ ਹੁੰਦਾ ਵਾ ਅਤੇ ਜੇ ਉਹ ਫਾਊਂਡੇਸ਼ਨ ਨੂੰ ਆਪਾਂ ਇੱਕ ਵਾਰ ਛੇੜ ਦਿੰਦੇ ਹਾਂ ਤਾਂ ਉਹਨੂੰ ਜੇ ਪ੍ਰੋਪਰ ਉਹਨੂੰ ਕੰਪਲੀਟ ਨਹੀਂ ਕਰਾਉਂਦੇ ਹਾਂ ਤਾਂ ਉਸਦਾ ਉਹ ਤੁਹਾਨੂੰ ਜਿਸ ਤਰ੍ਹਾਂ ਡਾਕਟਰ ਕਿਰਨ ਬਾਠ ਨੇ ਦੱਸਿਆ ਕਿ ਉਸ ਚੀਜ਼ ਨੂੰ ਤੁਹਾਨੂੰ ਪੇ ਜ਼ਿਆਦਾ ਕਰਨਾ ਪੈਂਦਾ ਉਹ ਐਕਸਪੈਂਸਿਵ ਹੋ ਜਾਂਦਾ ਵਾ ਉਹਦੀ ਕੋਸਟ ਜ਼ਿਆਦਾ ਹੋ ਜਾਂਦੀ ਆ ਸੋ ਜਿਸ ਤਰ੍ਹਾਂ ਅੱਜ ਕੱਲ੍ਹ ਇਮਪਲਾਂਟਮੈਂਟ ਦਾ ਹੈਗਾ ਵਾ ਕਿ ਇੱਕ ਬਹੁਤ ਵਧੀਆ ਜ਼ਰੀਆ ਹੈਗਾ ਵਾ ਕਿ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀਗਾ ਕਿ ਉਹ ਡਿਫਰੈਂਟ ਤਰੀਕੇ ਨਾਲ ਹੁੰਦਾ ਸੀਗਾ ਅਤੇ ਹੁਣ ਜਿੱਦਾਂ ਇਮਪਲਾਂਟਮੈਂਟ ਦਾ ਹੈਗਾ ਵਾ ਉਹ ਸਾਡੇ ਪੰਜਾਬੀ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਇਮਪਲਾਂਟਮੈਂਟ ਹੈ ਕੀ ਆ ਅਤੇ ਉਹਦੀ ਕੀ ਬੈਨੀਫਿਟਸ ਕੀ ਨੇ ਹੈਗੇ ਨੇ ਉਹਨਾਂ ਨੂੰ ਜਦੋਂ ਸਾਡਾ ਇੱਕ ਜਾਂ ਦੋ ਦੰਦ ਮਿਸਿੰਗ ਹੁੰਦੇ ਨੇ ਉਹਨਾਂ ਨੂੰ ਰਿਪਲੇਸ ਕਰਨ ਲਈ ਉੱਥੇ ਇੱਕ ਦੰਦ ਲਾਉਣ ਲਈ ਇੱਕ ਸਭ ਤੋਂ ਐਡਵਾਂਸ ਤਰੀਕਾ ਅੱਜ ਕੱਲ੍ਹ ਹੈਗਾ ਡੈਂਟਿਸਟਰੀ 'ਚ ਉਹਨੂੰ ਆਪਾਂ ਇਮਪਲਾਂਟ ਕਹਿੰਦੇ ਹਾਂ ਇਮਪਲਾਂਟ ਕੀ ਹੁੰਦਾ ਹੈ ਇੱਕ ਤਰ੍ਹਾਂ ਇੱਕ ਆਪਣੇ ਅਸਲੀ ਦੰਦ ਨੂੰ ਹੀ ਰੈਪਲੀਕੇਟ ਕਰਨਾ ਹੈ ਆਪਾਂ ਉਹ ਜਿਹੜੀ ਸਪੇਸ ਹੈਗੀ ਹੈ ਉਹ ਸਪੇਸ ਦੇ ਵਿੱਚ ਇੱਕ ਆਪਾਂ ਸਕਰੂ ਲਗਾਉਂਦੇ ਹਾਂ ਹੱਡੀ ਦੇ ਅੰਦਰ ਉਹ ਇੱਕ ਸਰਜਰੀ ਹੁੰਦੀ ਹੈ ਪਹਿਲਾ ਸਟੈਪ ਹੁੰਦਾ ਹੈ ਉਸ ਹੱਡੀ ਦੇ ਅੰਦਰ ਸਕਰੂ ਲਗਾ ਕੇ ਉਹਨੂੰ ਆਪਾਂ ਸੂਚਰਸ ਲਗਾ ਕੇ ਸਟਿਚਸ ਲਗਾ ਕੇ ਬੰਦ ਕਰ ਦਈ ਤੇ ਉਹਨੂੰ ਹੀਲ ਕਰਨ ਦਈਦਾ ਤੇ ਹੱਡੀ ਉਹ ਸਕਰੂ ਨਾਲ ਜੁੜ ਜਾਂਦੀ ਹੈ ਉਹਨੂੰ ਟਾਈਟਲੀ ਫਿਕਸ ਹੋ ਜਾਂਦੀ ਹੈ ਉੱਥੇ ਉਹ ਸਟਾਈਮੂਲੇਟ ਕਰਦਾ ਹੈ ਇੱਕ ਦੰਦ ਦੀ ਜਿਹੜੀ ਜੜ ਹੁੰਦੀ ਹੈ ਉਹਦੇ ਵਾਂਗ ਉਹ ਐਕਟ ਕਰਦਾ ਹੈ ਸੈਕਿੰਡ ਸਰਜਰੀ ਹੁੰਦੀ ਹੈ 4 ਮਹੀਨੇ ਬਾਅਦ ਜਿਹਦੇ ਉੱਪਰ ਅਸੀਂ ਇੱਕ ਕਰਾਊਨ ਫਿੱਟ ਕਰ ਦਈ ਜਿਹੜੇ ਕੈਪ ਕਹਿੰਦੇ ਆਪਾਂ ਉਹਨੂੰ ਫਿੱਟ ਕਰ ਦਿੱਤਾ ਜਾਂਦਾ ਹੈ ਐਂਡ ਉਹ ਪ੍ਰੋਪਰ ਹੀਲਿੰਗ ਹੋ ਚੁੱਕੀ ਹੁੰਦੀ ਹੈ ਉਸ ਤੋਂ ਬਾਅਦ ਹੀ ਹੁੰਦਾ ਹੈ ਐਂਡ ਉਹ ਜਿਹੜਾ ਦੰਦ ਹੈ ਜਿਹੜਾ ਇਮਪਲਾਂਟ ਹੁੰਦਾ ਬਿਲਕੁਲ ਦੰਦ ਵਾਂਗੂ ਲੱਗਦਾ ਹੈ ਖਾਣ 'ਚ ਵੀ ਬਿਲਕੁਲ ਦੰਦ ਵਾਂਗੂ ਲੱਗਦਾ ਹੈ ਅਤੇ ਦੇਖਣ 'ਚ ਵੀ ਬਿਲਕੁਲ ਦੰਦ ਵਰਗਾ ਲੱਗਦਾ ਹੈ ਐਂਡ ਉਹ ਆਲੇ ਦੁਆਲੇ ਦੇ ਦੰਦਾਂ ਨੂੰ ਵੀ ਕੋਈ ਇਫੈਕਟ ਨਹੀਂ ਪੈਂਦਾ ਉਹਦੇ ਨਾਲ ਸੋ ਐਕਸਪੈਂਸਿਵ ਜ਼ਰੂਰ ਹੈਗਾ ਬਟ ਇਹ ਇੱਕ ਸਭ ਤੋਂ ਐਡਵਾਂਸਡ ਔਰ ਸਭ ਤੋਂ ਮਜ਼ਬੂਤ ਅੱਜ ਕੱਲ੍ਹ ਦਾ ਤਰੀਕਾ ਹੈਗਾ ਦੰਦ ਨੂੰ ਰਿਪਲੇਸ ਕਰਨ ਦਾ ਜੀ ਉਹ ਕਿਉਂਕਿ ਮੈਂ ਵੀ ਕਰਾਉਣਾ ਹੈ ਇੱਕ ਤੇ ਉਹ ਇੱਕ ਐਕਸਪੀਰੀਅੰਸ ਦੀ ਕਿਉਂਕਿ ਜਿਹੜੀ ਚੀਜ਼ ਆਪਾਂ ਨੈਚੁਰਲ ਜਿਹੜੀ ਚੀਜ਼ ਹੁੰਦੀ ਉਹ ਨੈਚੁਰਲ ਹੁੰਦੀ ਆ ਇਮਪਲਾਂਟ ਕਈਆਂ ਨੂੰ ਹੁੰਦਾ ਆ ਕਿ ਉਹ ਸਕਰੂ ਮੇਰੇ ਅੰਦਰ ਯੂਨੋ ਉਹ ਡਰਦੇ ਨੇ ਮੈਂ ਵੀ ਡਰਦਾ ਉਸ ਚੀਜ਼ ਤੋਂ ਅਤੇ ਉਹ ਕਿੰਨਾ ਕੁ ਸੇਫ ਹੈਗਾ ਵਾ ਕਿੰਨਾ ਕੰਫਰਟੇਬਲ ਹੈਗਾ ਅਤੇ ਉਹ ਪੇਨ ਕਿੰਨੇ ਕੁ ਦਿਨ ਰਹਿੰਦੀ ਆ ਉਹ ਜ਼ਰੂਰ ਦੱਸੋ ਕਿਉਂਕਿ ਉਹ ਸਾਰੇ ਕਰਾਉਣਾ ਚਾਹੁੰਦੇ ਆ ਪਰ ਉਹ ਇੱਕ ਜਗ੍ਹਾ 'ਤੇ ਆ ਕੇ ਡਰ ਜਾਂਦੇ ਆ ਮੈਂ ਸਮਝਦੀ ਹਾਂ ਆਪਣੇ ਮੋਸਟਲੀ ਪੇਸ਼ੈਂਟ ਬੇਸਡ ਵਰੀ ਪੈਸਿਆਂ ਦੀ ਨਹੀਂ ਹੁੰਦੀ ਜ਼ਿਆਦਾਤਰ ਵਰੀ ਹੁੰਦੀ ਹੈ ਪੇਨ ਦੀ ਅਤੇ ਕਿ ਉਹ ਸੇਫ ਹੈਗਾ ਇਮਪਲਾਂਟ 100% ਸੇਫ ਹੈਗਾ ਜਿਹੜਾ ਸਕਰੂ ਹੈਗਾ ਉਹ ਕੰਪਲੀਟਲੀ ਆਪਣਾ ਆਪਣੇ ਟਿਸ਼ੂਜ਼ ਦੇ ਨਾਲ ਆਪਣੀ ਬੋਡੀ ਦੇ ਨਾਲ ਕੰਪਲੀਟਲੀ ਸੇਫ ਹੁੰਦਾ ਅਤੇ ਉਹ ਓਵਰ ਟਾਈਮ ਇੱਕ ਬਹੁਤ ਹੀ ਸਟਰੋਂਗ ਲਾਈਕ ਬੋਨ ਦੇ ਨਾਲ ਬਿਲਕੁਲ ਜੁੜ ਜਾਂਦਾ ਹੈ ਉਹ ਬਿਲਕੁਲ ਬੋਡੀ ਦਾ ਇੱਕ ਪਾਰਟ ਹੀ ਬਣ ਜਾਂਦਾ ਹੈ ਇਹਦੇ ਵਿੱਚ ਡਰਨ ਵਾਲੀ ਕੋਈ ਜ਼ਰੂਰਤ ਨਹੀਂ ਹੈ ਜਿਵੇਂ ਆਪਾਂ ਦੰਦ ਕਢਾਉਂਦੇ ਹਾਂ ਉਸ ਤੋਂ ਇੱਕ ਅੱਧਾ ਦਿਨ
थोड़ी पेन थोड़ी इनफ्लेमेशन रहती है वो दवाई खाने नाल ठीक हो जाती है वैसे ही इम्प्लांट है माइनर जी सर्जरी है एक अद्धा दिन तुहानू लगेगा कि थोड़ी पेन हैगी है थोड़ी इनफ्लेमेशन हैगी है प्रॉपर सर्जरी दे प्रिकॉशंस फॉलो करन नाल वन वीक दे अंदर अंदर तुहानू फील भी नहीं होएगा कि तुसी कुछ करवाया सी जी थैंक यू वेरी मच टीम दा ते डॉक्टर गजेंद्र उन्हां दा ते अज दर्शको असीं जुड़े सीगे इत्थों सनशाइन डेंटल क्लिनिक तो ते डॉक्टर गजेंद्र जी आ जाणगे पिछे ते आ सकदे ने हां जी सर जी बहुत बहुत थैंक यू ते अपने को इन्ना कि समा सीगा जो आप प्रोग्राम शुरू करते हैं आपको लगता कि एक घंटा साढ़े को वन आवर हैगा वा की गल्ला करांगे किन्नियां करांगे पर गल्ला बहुत सारिया रह जांदियां ने आपां फिर अगले एपीसोड दे विच होर भी गल्ला करांगे ते होर भी इनफॉर्मेशन देवांगे ते मैं दर्शकां नूं दसना चाहवांगा कि सनशाइन डेंटिस्ट्री ब्रैम्पटन कैनेडा तो साढ़े नाल साढ़े मेहमान अज जुड़े सीगे जे तुसीं उस एरिए दे विच हैगे आ जरूर इन्हां दा फायदा चुको इन्हां दे कॉल करो तुहानूं कोई एमरजेंसी हैगी आ तुहाडी हैल्प करनगे किसी भी तरीके की आ ईवन तुहाडे कोल जे इंश्योरेंस भी नहीं हैगी आ ते इह कहिंदे ने कि असीं तुहानूं सो वेला हो चलिया इजाजत लैण दा डॉक्टर साहब तुहाडे कोलों भी तुहाडी टीम कोलों भी ते दर्शको तुहाडे कोलों भी अपनी सेहत दा रखो ध्यान ते अज तो बाद दंदां दा जरूर ध्यान रखियो मिलने आ इजाजत रब रखा ओके जी बाय बाय थैंक यू